ਔਰ ਐਵੇਂ ਡਰੀ ਜਾਣਾ ਮੈਂ ਐਤਕੀ ਜੋਰੇ ਨੂੰ ਨੀ ਜਿੱਤਣੀ ਦੇਣੀ ਸਰਪੰਚੀ ਤਿਆਰੀ ਫੁੱਲ ਹੈ ਫਿਰ ਐਤਕੀ ਫੁੱਲ ਤਿਆਰੀ ਹੈ ਇਹ ਕਿਹੜਾ ਖਾਲਾ ਜੀ ਦਾ ਵਾੜਾ ਵੀ ਹਰੇਕ ਹੀ ਚੋਣ ਲੜ ਰੂ ਹਰੇਕ ਭਕਾਈ ਤਾਂ ਹਰੇਕ ਮਾਰ ਦਿੰਦਾ ਅਸੀਂ ਉੱਠਾਂਗੇ ਉਦੋਂ ਪਤਾ ਲੱਗਦਾ ਜਦੋਂ ਬਗਾਨੇ ਨਾਲ ਵਾਹ ਪੈਂਦਾ ਤੂੰ ਐਤਕੀ ਜਿੱਤ ਲਈ ਸਰਪੰਚੀ ਹੈ ਬਥੇਰਾ ਟਾਈਮ ਹੋ ਗਿਆ ਹੁਣ ਤੈਨੂੰ ਸਾਡੇ ਨਾਲ ਹੈ ਇਹ ਸਰਪੰਚੀ ਐਤਕੀ ਤੂੰ ਹੀ ਜਿੱਤਣੀ ਹੈ ਅਮਰ ਮੇਰੀ ਗੱਲ ਤਾਂ ਸੁਣ ਪਾਲੀ ਅਮਰ ਨਾਲ ਕੀ ਕਰੀ ਜਾਂਦੀ ਹੈਗੀ ਇਹਨੂੰ ਤਾਂ ਇੰਨਾ ਪਤਾ ਵੀ ਅਭਿਜੀਤਾਂ ਨੂੰ ਪਿਆਰ ਕਰਦਾ ਗਾ ਅਮਰ ਤਾਂ ਇਹ ਫਿਰ ਵੀ ਉਹਦਾ ਹੱਥ ਫੜੀ ਜਾਂਦੀ ਹੈਗੀ ਇਹ ਤਾਂ ਇਹਦੇ ਪਿੱਛੇ ਲੱਗੀ ਫਿਰਦੀ ਹੈਗੀ ਮੈਨੂੰ ਜੀਤਾਂ ਨੂੰ ਜਾ ਕੇ ਦੱਸਣਾ ਪਊਗਾ ਚੱਲ ਕੋਈ ਨਾ ਪੁੱਤ ਉਹਦਾ ਪਹਿਲਾਂ ਤੇਰੀ ਮਾਂ ਵਾਲੇ ਕਹਿੰਦੇ ਜੇ ਕਰਕੇ ਛੜਾ ਲਈ ਜ਼ਮੀਨ ਹੁਣ ਦੇਖਾ ਕਿਵੇਂ ਛੁਡਾਉਣਾ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓਏ ਬਾਈ ਆ ਸਮਝਾ ਕੁੜੀ ਨੂੰ ਫੇਰ ਵੀ ਵੋਟਾਂ ਦਾ ਕੰਮ ਹੈ ਹੈ ਧਿਆਨ ਰੱਖਿਓ ਮੜਾ ਜਾ ਸਾਨੂੰ ਨਹੀਂ ਚਾਹੀਦੀ ਤੇਰੀ ਵੋਟ ਚੱਲ ਤਾ ਆ ਕੋਈ ਨਾ ਨਹੀਂ ਚਾਹੀਦੀ ਫਿਰ ਦੇਖ ਲਾਂਗੇ ਕੋਈ ਗੱਲ ਨਹੀਂ ਬਾਈ ਜੀ ਆਪਣੇ ਆਪ ਹੀ ਦੇਖੀ ਜਾਣੇ ਹੁਣ ਜਿੰਨਾ ਕਰਾਤਾ ਬਹੁਤ ਆ ਜੀਤਾ ਇਹ ਕਿੱਧਰ ਫਿਰਦੀ ਆ ਕਹਿੰਦਾ ਬਾਪੂ ਨਾਲ ਆਈ ਗਿਆ ਉਹਦੇ ਨਾਲ ਚੱਲ ਆਏ ਹੋਣੇ ਦੇ ਬਾਪੂ ਦੇ ਪੈਰੀ ਹੱਥ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਹਾਲ ਤਾਂ ਠੀਕ ਆ ਪੁੱਤ ਹੋਰ ਠੀਕ ਆ ਵਧੀਆ ਜੀ ਵਧੀਆ ਤੁਸੀਂ ਦੱਸੋ ਯਕੀਨ ਜਾਂ ਨਹੀਂ ਆਉਂਦਾ ਵੀ MLA ਦਾ ਮੁੰਡਾ ਵੀ ਕਹੀ ਜਾ ਕੇ ਖੇਤ ਆ ਉਹ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਤਾਂ ਕਦੇ ਸੋਚੇ ਨਹੀਂ ਵੀ ਮੈਂ MLA ਦਾ ਮੁੰਡਾ ਮਾਤਾ ਹੀ ਆ ਸੀਰੀ ਵਿਚਾਰੇ ਇਕੱਲੇ ਲੱਗੇ ਰਹਿੰਦੇ ਆ ਇਹਨਾਂ ਨਾਲ ਲਵਾ ਦੇਈਦਾ ਘੰਟਾ ਦੋ ਘੰਟੇ ਚਲ ਚੰਗੀ ਗੱਲ ਆ ਸੋਚ ਚੰਗੇ ਤੇਰੀ ਨਹੀਂ ਪੁੱਤ ਕੰਮ ਤਾਂ ਕਰਨਾ ਜ਼ਰੂਰੀ ਹੁੰਦਾ ਗਾ ਜੇ ਆਪਾਂ ਐਂ ਕਹਿ ਦਈਏ ਨਾ MLA ਦੇ ਮੁੰਡੇ ਆ ਕੰਮ ਨਹੀਂ ਕਰਦੇ ਫਿਰ ਪਤਾ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਠੀਕ ਜਿਹਾ ਨਹੀਂ ਰਹਿੰਦਾ ਆ ਥੋੜ੍ਹੀ ਸੋਚ ਬਹੁਤ ਵਧੀਆ ਉਹ ਐਂ ਨਾ ਆਪਦੀ ਪੈੜੀ ਦਾ ਆਪ ਧਿਆਨ ਰੱਖਿਆ ਜਾਵੇ ਤਾਂ ਜ਼ਿਆਦਾ ਵਧੀਆ ਜੀ ਸਾਰਾ ਕੰਮ ਸੀਰੀਆਂ ਤੇ ਵੀ ਨਹੀਂ ਛੱਡਿਆ ਜਾਂਦਾ ਬਹੁਤ ਵਧੀਆ ਗੱਲ ਆ ਪੁੱਤ ਮੈਂ ਤਾਂ ਖੇਤੀ ਦਾ ਧਿਆਨ ਰਹਿੰਦਾ ਤੇ ਨਾਲੇ ਕਹਿੰਦੇ ਹੁੰਦੇ ਬੰਦੇ ਦੀ ਸਿਹਤ ਵੀ ਠੀਕ ਰਹਿੰਦੀ ਆ ਤੁਹਾਨੂੰ ਪਤਾ ਹੈਗਾ ਜੀ ਇਹ ਤਾਂ ਐਂ ਸਿੱਧੇ ਗੱਟੇ ਖੋਲ ਦਿੰਦੇ ਆ ਖਾਲਾਂ 'ਚ ਵੀ ਜਾਣ ਦੇ ਜਿੰਨਾ ਜੁਗਿਆ ਰਹਿ ਜਾਂਦਾ ਪਰ ਆਪਦੇ ਹਿਸਾਬ ਨਾਲ ਆਪਾਂ ਐਰੋਗੈਨਿਕ ਖੇਤੀ ਕਰੀ ਦੇ ਬਸ ਪੁੱਤ ਆਹ ਗੱਲ ਕਹਿ ਕੇ ਨਾ ਮੇਰੇ ਕੋਲ ਇੱਕ ਬੱਚੇ ਨਹੀਂ ਕਹੇ ਬਹੁਤ ਚੰਗੀ ਸੋਚ ਕਰਦੇ ਤੁਸੀਂ ਕਿਵੇਂ ਇਹਨੂੰ ਜੀਤਾਂ ਨਾਲ ਲਈ ਫਿਰਦੇ ਅੱਜ ਉਹ ਬਸ ਜੀਤਾਂ ਨਹੀਂ ਤਾਂ ਮੇਰਾ ਪੁੱਤ ਹੀ ਆ ਇਹ ਵੀ ਮੇਰੇ ਨਾਲ ਖੇਤ ਹੱਥ ਵਟਾਇਆ ਕਰੂ ਚਲੋ ਵਧੀਆ ਜੀ ਇਹ ਵੀ ਐਂ ਕਹਿੰਦੀ ਆ ਜੇ ਮੈਂ ਇਹਨੂੰ ਕਿਹਾ ਜੇ ਮੇਰੇ ਪੁੱਤ ਹੁੰਦਾ ਮੇਰੇ ਨਾਲ ਹੱਥ ਵਟਾਉਂਦਾ ਪਰ ਅੱਜ ਇਹਨੇ ਜਿਹੜਾ ਪੁੱਤ ਕੰਮ ਕਰਦਾ ਸੀ ਉਹ ਕਰਕੇ ਦਿਖਾ ਦਿੱਤਾ ਚਲੋ ਵਧੀਆ ਜੀ ਚੱਲੀਏ ਬਾਪੂ ਹਾਂ ਹਾਂ ਚੱਲ ਪੁੱਤ ਫਿਰ ਆਜੋ ਮੋਟਰ ਤੇ ਹੀ ਚਾਹ ਪੀਨੇ ਹਾਂ ਨਾ ਬਸ ਇੱਕ ਗੱਲ ਆ ਤੂੰ ਕਹਿਤਾ ਕਿ ਤੇਰੇ ਨਾਲ ਬਾਤ ਚਲੋ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਦੇਖ ਪੁੱਤ ਚੰਗੇ ਸੰਸਕਾਰ ਮਿਲੇ ਤੇਰਾ ਵੀ ਕਿਹੜਾ ਅੱਜ ਕੱਲ ਅਗਲਾ ਮੋਟਰ ਹੈਗਾ ਤੇ ਰਹਿੰਦਾ ਖੇਤ ਵੀ ਨਹੀਂ ਆਉਂਦਾ ਕਿਹੜਾ ਮਾਰਨਾ ਚੱਲ ਪੁੱਤ ਫਿਰ ਆਪਾਂ ਚੱਲਗੇ ਲੈ ਚੱਪਣਾ ਪਾ ਲਾ ਮੇਰਾ ਸ਼ੇਰ ਆ ਜਾ ਪੁੱਤ ਮੈਂ ਤਾਂ ਆਪ ਸਬਜ਼ੀ ਆਖਿਆ ਸੀਗਾ ਮੈਂ ਸਬਜ਼ੀ ਸੁਬਜ਼ੀ ਤੋੜ ਲਈ ਨਾਲੇ ਖੇਤ ਜੀ ਲੱਗਦਾ ਸਾਡੇ ਤਾਂ ਬਲਾਈ ਹੋਰ ਗਰਮੀ ਤਾਂ ਹੈਗੀ ਆ ਜੈ ਨੂੰ ਖਾਂਦਾ ਨਾ ਛੱਲੀਆਂ ਤੋੜ ਲਈ ਬਾਈ ਦਾ ਆਪਾ ਤੁਰੇ ਆਉਂਦਾ ਹੈਗਾ ਉਹ ਜਾਮਣਾ ਵੀ ਲੱਗੀਆਂ ਹਨ ਹਾਂ ਜਾਮਣਾ ਵਾਧੂ ਮਿੱਠੀਆਂ ਨੇ ਜਾਮਣਾ
ਆਉਂਦਾ ਗਾ ਨਾ ਭਾਈ ਤੂੰ ਕੱਲੇ ਹੀ ਤੁਰਿਆ ਉਹਨਾਂ ਤੇ ਜੀਤਾ ਕੀਤਾ ਵਾ ਗਿਆ ਜੀ ਦੋਨੇ ਜਾਂਦੇ ਸੀਗੇ ਉਹ ਕੁਦਰਤੀ ਲਾਈਟ ਦੁਬਾਰੇ ਆ ਗਈ ਫਿਰ ਮੈਂ ਜੀਤਾ ਨੂੰ ਕਿਹਾ ਪੁੱਤ ਤੂੰ ਜਾ ਅੱਛਾ ਚੱਲ ਚੰਗਾ ਆ ਜਾਮਣਾ ਤੋੜਨ ਨੂੰ ਜੀ ਕਰਦਾ ਸੀ ਮੈਂ ਚੱਲ ਇਹ ਕਿਸੇ ਦੇ ਜਾਮਣਾ ਤੋੜ ਲਿਆਈਏ ਜਾਮਣਾ ਤੋੜਨੀਆ ਹਾਂ ਨਾ ਛੱਲੀਆਂ ਲਿਆਵਾਂਗੇ ਬਈ ਹੋਰ ਹੁਣ ਤੇ ਪਾਣੀ ਛੱਡਦਾ ਸੀਗਾ ਦਵਾਈ ਦਵੂਈ ਵੀ ਕਰਤੀ ਹੈ ਓਕੇ ਚੱਲ ਵਧੀਆ ਹੋ ਗਿਆ ਮਾਂ ਅੱਜ ਮੈਂ ਥੱਕ ਗਈ ਕੁੜੇ ਕਾਹਦੇ ਨਾਲ ਥੱਕ ਗਈ ਬਸ ਖੇਤ ਜਾਣ ਨਾਲ ਹੀ ਥੱਕ ਗਈ ਪਤਾ ਨਾ ਮਾਂ ਮੈਂ ਅੱਜ ਉੱਥੇ ਵੱਟਾਂ ਸਵਾਰ ਕੇ ਆਈ ਹਾਂ ਸਾਰੀਆਂ ਸੱਚੀ ਅੱਛਾ ਫਿਰ ਤਾਂ ਮੇਰੀ ਧੀ ਕੰਮ ਕਰਕੇ ਆਈ ਹੈ ਭਾਈ ਫਿਰ ਤਾਂ ਥੱਕਣਾ ਹੀ ਸੀ ਲੱਸੀ ਨਹੀਂ ਬਣਾਈ ਅੱਜ ਲੱਸੀ ਲਿਆ ਦਿੰਦੀ ਹਾਂ ਪੁੱਤ ਕੋਈ ਨਾ ਗੇਟ ਤੇ ਕੌਣ ਹੈ ਮੈਨੂੰ ਤਾਂ ਲੱਗਦਾ ਭੋਲੇ ਦੇ ਘਰ ਵਾਲੀ ਤੁਰੀ ਆਉਂਦੀ ਹੈ ਉਹੀ ਹੈ ਪੁੱਤ ਇਹ ਕੱਲ੍ਹ ਵੀ ਆਈ ਸੀ ਨਹੀਂ ਘਰੇ ਆ ਭੈਣ ਜੀ ਆ ਜਾਓ ਅੱਜ ਜੀਤਾਂ ਦੇ ਰਿਸ਼ਤੇ ਵਾਲੇ ਉਹਦੇ ਤਾਂ ਕੋਈ ਗੱਲ ਹੀ ਨੀ ਹੋਣ ਦਿੱਤੀ ਨੀ ਹੋਰ ਉਹ ਨੰਬਰਦਾਰ ਨੇ ਸਮਾਨ ਪਾ ਦਿੱਤਾ ਸਮਾਨ ਹੀ ਪੈ ਗਿਆ ਸਹੀ ਗੱਲ ਪਤਾ ਹੀ ਨਹੀਂ ਲੱਗਿਆਗਾ ਨਾ ਤਾਂ ਕੋਈ ਗੱਲ ਦਾ ਕੋਈ ਅੱਜ ਮੈਂ ਕਿਹਾ ਫਿਰ ਮੈਂ ਸਪੈਸ਼ਲੀ ਜਾ ਕੇ ਆਉਣੀ ਆ ਚੱਲ ਵਧੀਆ ਜੀਤਾਂ ਵੀ ਟੱਕਰ ਗਈ ਕਿਹੜਾ ਰਿਸ਼ਤਾ ਚਾਚੀ ਐਮਐਲਏ ਦਾ ਮੁੰਡੇ ਦਾ ਬਾਰੇ ਕਹਿਣੀ ਆ ਮੈਂ ਉਹਦੇ ਵੀ ਦੇਖ ਤੈਨੂੰ ਦੱਸਿਆ ਸੀ ਅੱਛਾ ਚਾਚੀ ਉਹ ਜਿਹੜਾ ਮੁੰਡਾ ਅਮਰ ਹੈ ਹਾਂ ਹਾਂ ਅਮਰ ਬੁਲਾਈ ਸਿਆਣਾ ਮੁੰਡਾ ਹੈ ਨਾਲੇ ਉਹਨਾਂ ਨੂੰ ਤਾਂ ਥੋੜੀ ਕੁੜੀ ਬੁਲਾਈ ਪਸੰਦ ਆ ਉਹ ਤਾਂ ਮੇਰੇ ਮਗਰ ਹੀ ਪੈ ਗਏ ਕਹਿੰਦੇ ਰਿਸ਼ਤਾ ਜ਼ਰੂਰ ਕਰਵਾ ਚੱਲ ਕੋਈ ਨਾ ਭੈਣ ਜੀ ਕਰ ਲਾਂਗੇ ਰਹੇ ਅਸੀਂ ਜੀਤਾਂ ਦੇ ਬਾਪੂ ਨਾਲ ਹੋਰ ਗੱਲ ਕਰਿਓ ਮੈਂ ਤਾਂ ਫਿਰ ਦੋ ਗੇੜੇ ਮਾਰ ਗਈ ਕੀ ਗੱਲ ਪਤਾ ਤੂੰ ਸਿਰਫ ਐਂ ਜੀ ਕਰੀ ਜਾਂਦੀ ਕੋਈ ਗੱਲ ਹੈ ਖੁੱਲ੍ਹ ਕੇ ਦੱਸ ਦੇ ਨਹੀਂ ਮਾਂ ਜੇ ਤੈਨੂੰ ਪੁੱਤ ਪਸੰਦ ਨਹੀਂ ਤਾਂ ਦੱਸ ਮੁੰਡਾ ਤਾਂ ਇੰਨਾ ਸਿਆਣਾ ਨਾਲੇ ਇੰਨਾ ਸੋਹਣਾ ਮੁੰਡਾ ਰਾਜ ਕਰੇਂਗੀ ਰਾਜ ਐਡੇ ਤਗੜੇ ਘਰ ਦਾ ਕਿਤੇ ਰਿਸ਼ਤਾ ਧਰਿਆ ਪਿਆ ਉਹ ਤਾਂ ਗੱਲ ਤੁਹਾਡੀ ਕੋਈ ਨਾ ਚਾਚੀ ਇੱਕ ਵਾਰੀ ਨਾ ਸਰਪੰਚੀ ਦੇ ਵਿੱਚ ਜਿੱਤ ਹੋ ਜੇ ਫਿਰ ਜਿੱਤ ਤਾਂ ਤੇਰੀ ਹੋ ਜੂਗੀ ਤੂੰ ਇੱਕ ਵਾਰੀ ਤੂੰ ਇਹਦੇ ਬਾਪੂ ਨਾਲ ਗੱਲ ਕਰਕੇ ਦੇਖੀ ਕੋਈ ਨਾ ਭੈਣ ਜੀ ਕਰਤਾ ਲਾਉਂਗੀ ਮੈਂ ਗੱਲ ਪਰ ਉਹਨਾਂ ਚ ਨਹੀਂ ਮਨ ਚ ਛਿਪਕਦਾ ਤੈਨੂੰ ਪਤਾ ਕਿੱਥੇ ਉਹ ਕਿੱਥੇ ਅਸੀਂ ਸੋਚ ਨਾ ਕਰ ਮੈਂ ਜਦੋਂ ਵਿੱਚ ਵਿਚਾਲੇ ਬੈਠੀ ਆ ਚੱਲ ਜੇ ਤੁਸੀਂ ਕਹਿੰਦੇ ਹੋ ਤਾਂ ਦੇਖ ਲਾਂਗੇ ਪਰ ਫਾਸਲਾ ਬਹੁਤਾ ਸਾਡੇ ਤੋਂ ਮੈਂ ਕਰਾਂਗਾ ਕੁਝ ਨਹੀਂ ਹੁੰਦਾ ਫਾਸਲਾ ਫੂਸਲਾ ਸਾਰਾ ਕੁਝ ਹੁਣ ਨਹੀਂ ਕੋਈ ਦੇਖਦਾ ਅੱਜ ਕੱਲ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਸਾਰੇ ਇੱਕੋ ਜਿਹੇ ਜੇ ਇਹਨਾਂ ਦਾ ਦੋਨਾਂ ਦਾ ਦਿਲ ਮਿਲਦਾ ਤਾਂ ਤੈਨੂੰ ਕੀ ਦਿੱਕਤ ਹੈ ਹੋਰ ਤਾਂ ਗੱਲ ਤੇਰੀ ਠੀਕ ਹੈ ਭੈਣ ਜੀ ਮੈਂ ਤਾਂ ਆਪਦੀ ਧੀ ਦੀ ਖੁਸ਼ੀ 'ਚ ਖੁਸ਼ ਹਾਂ ਫਿਰ ਤੂੰ ਗੱਲ ਤੋਰਗਾ ਹਾਂ ਚੱਲ ਕੋਈ ਨਾ ਤੈਨੂੰ ਫੋਨ ਤੇ ਦੱਸ ਦਾਂਗੇ ਫਿਰ ਹੋਰ ਹਾਂ ਇਹਦੇ ਬਾਪੂ ਨਾਲ ਕਰੂੰ ਮੈਂ ਗੱਲ ਆਏ ਨਾਲ ਹਾਂ ਮੈਨੂੰ ਵੀ ਨਾ ਇੱਧਰ ਕੰਮ ਸੀਗਾ ਮੈਂ ਉੱਧਰ ਜਾ ਕੇ ਚਾਹ ਬਣਾਈਏ ਚਾਚੀ ਨਹੀਂ ਪੁੱਤ ਚਾਹ ਨਹੀਂ ਮੈਂ ਪੀਂਦੀ ਕੁੜੇ ਜੀਤਾਂ ਤੂੰ ਕਿਵੇਂ ਚੁੱਪ ਜੀ ਹੋ ਗਈ ਪੁੱਤ ਐਮਐਲਏ ਦੇ ਮੁੰਡੇ ਦੀ ਗੱਲ ਸੁਣ ਕੇ ਮਾਂ ਮੈਂ ਦੇਖਿਆ ਉਹਨੂੰ ਦੇਖਿਆ ਪਸੰਦ ਹੈ ਉਹੀ ਆ ਜਿਹੜਾ ਛੋਟੇ ਛੋਟੇ ਹੁੰਦੇ ਖੇਡਦੇ ਹੁੰਦੇ ਸੀ ਸਰਦਾਰ ਜਿਹਾ ਨਿੱਕਾ ਜਿਹਾ ਅੱਛਾ ਉਹ ਆ ਫਿਰ ਤਾਂ ਤੇਰਾ ਬਚਪਨ ਦਾ ਦੋਸਤ ਹੈ ਪੁੱਤ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਤਾਂ ਇਹਦੇ ਨਾਲ ਹੀ ਵਿਆਹ ਕਰਾਉਣਾ ਲੈ ਫਿਰ ਤਾਂ ਧੀਏ ਤੇਰੀ ਰੱਬ ਨੇ ਸੁਣ ਲਈ ਉਹ ਅਮਾ ਤਾਂ ਹੱਸਦੀ ਸੀ ਮੈਂ ਅੱਛਾ ਮੈਂ ਕਿਹਾ ਪਤਾ ਨੀ ਫਿਰ ਮੈਨੂੰ ਕੀ ਪਤਾ ਵੀ ਵਿੱਚੇ ਵਿੱਚੇ ਲੱਡੂ ਭੰਨ ਰਹੀਆਂ ਹੈ ਮਨ ਚ
ਨਹੀਂ ਮਾਂ, ਮੈਨੂੰ ਤਾਂ ਹਾਸੀ ਆ ਗਈ ਕਿਉਂਕਿ ਚਾਚੀ ਨੇ ਉਹ ਮੁੰਡੇ ਬਾਰੇ ਕਿਹਾ ਜਿਹੜਾ ਛੋਟਾ ਹੁੰਦਾ ਕਹਿੰਦਾ ਹੁੰਦਾ ਸੀ ਮੈਂ ਤਾਂ ਜਿੱਤਾਂ ਨਾਲ ਵਿਆਹ ਤਲਾਉਂਦਾ, ਜਿੱਤਾਂ ਨਾਲ ਵਿਆਹ ਤਲਾਉਂਦਾ। ਚੱਲ ਕੋਈ ਨਾ ਪੁੱਤ, ਮੈਂ ਕਰੂੰ ਤੇਰੇ ਬਾਪੂ ਨਾਲ ਗੱਲ ਫਿਰ। ਪਰ ਮਾਂ ਪਹਿਲਾਂ ਸਰਪੰਚੀ ਜਿੱਤ ਲਈਏ। ਕੋਈ ਨਾ ਧੀ, ਸਰਪੰਚੀ ਵੀ ਜਿੱਤ ਲੇਂਗੀ। ਠੀਕ ਹੈ ਮਾਂ। ਹਾਂ ਹਾਂ, ਉਹ ਤਾਂ ਤੇਰੀ ਗੱਲ ਠੀਕ ਹੈ। ਮੈਂ ਤਾਂ ਬਥੇਰਾ ਮੱਥਾ ਮਾਰ ਲਿਆ, ਤੂੰ ਸਮਝਾ ਰਿਹਾ ਜਵਾਗੜੀ ਜੀ ਨੂੰ, ਜੇ ਸਮਝਦੀ ਆ ਉਹ ਬਾਈ ਆਪ ਵੀ ਨਹੀਂ ਸਮਝਦਾ ਕੁਛ ਹੋਰ। ਚੱਲ ਠੀਕ ਆ ਬਾਈ, ਕੋਈ ਨਾ ਗੱਲ ਕਰਕੇ ਮੈਨੂੰ ਦੱਸੀ। ਡੈਡੀ ਜੀ ਹਾਂ ਬਾਈ, ਥੋੜੇ ਪੈਸੇ ਦਿਓ, ਮੈਂ ਨਾ ਬਾਜ਼ਾਰ ਜਾ ਕੇ ਆਣਾ। ਤੇਰਾ ਬਾਜ਼ਾਰ ਹੀ ਨਹੀਂ ਪੁੱਤ, ਲੋਟ ਆਉਂਦਾਗਾ। ਹੁਣ ਕੀ ਹੋ ਗਿਆ ਡੈਡੀ? ਮੈਨੂੰ ਸਮਾਨ ਲੈ ਕੇ ਆਣਾ। ਕਿੰਨੇ ਕੁ ਪੈਸੇ ਚਾਹੀਦੇ ਨੇ ਡੈਡੀ? ਦੇਖੋ, ਚਾਰ ਤੇ ਮੈਨੇ ਸੂਟ ਲੈਣੇ ਨੇ, ਬਾਕੀ ਮੈਨੇ ਇੱਕ ਨਵਾਂ ਫੋਨ ਲੈਣਾ। ਫਿਰ ਤਾਂ 10-12 ਹਜ਼ਾਰ ਰੁਪਇਆ ਹੋ ਗਿਆ। ਫੋਨ ਤੇਰੀ ਮਾਂ ਕੋਲ ਹੈਗੇ ਆ ਪੈਸੇ, ਉਹ ਤੋਂ ਫੜ ਦੀ ਡੈਡੀ। ਤੁਹਾਨੂੰ ਪਤਾ ਤਾਂ ਅਗਰ ਨੱਕ ਚੜੀ ਜੀ ਕਿੱਥੇ ਦਿੰਦੀ ਆ, ਉਹ ਤਾਂ ਮੇਰੇ ਤੋਂ ਹੀ ਲੱਗੀ ਜਾਂਦੀ ਆ। ਮੈਂ ਨਹੀਂ ਡੈਡੀ, ਮੈਂ ਤਾਂ ਤੁਸੀਂ ਦੋ, ਸਿੱਧੀ ਗੱਲ ਆ। ਫਿਰ ਮੈਂ ਤੈਨੂੰ ਭਾਈ ਕਰ ਦੂੰਗਾ, ਫਿਰ ਤੇਰੇ ਖਾਤੇ ਚ ਪਾ ਦੂੰਗਾ, ਉੱਥੇ ਕਢਵਾ ਲਈਗਾ। ਮੈਨੂੰ ਹੁਣੇ ਚਾਹੀਦੇ, ਮੈਂ ਨਹੀਂ। ਠੀਕ ਆ ਨਾ, ਸਾਰੇ ਫਰੈਂਡਸ ਲੈ ਕੇ ਆ ਰਹੇ ਨੇ ਪੈਸੇ, ਹੁਣ ਫਿਰ ਮੈਂ ਉਹਨਾਂ ਦਾ ਮੂੰਹ ਦੇਖੂੰਗੀ, ਦੱਸੋ ਤੁਸੀਂ ਕਿੰਨੀ ਇਨਸਲਟ ਹੋਊਗੀ। ਕਹਿਣਗੇ ਸਰਪੰਚ ਦੀ ਕੁੜੀ ਆ, ਖਾਲੀ ਹੱਥ ਆ ਗਈ ਮੂੰਹ ਚੱਕ ਕੇ। ਉਹ ਪੁੱਤ, ਮੈਂ ਤੈਨੂੰ ਕਹਿ ਤਾਂ ਦਿੱਤਾ, ਫਿਰ ਮੈਂ ਕਰਾ ਦਿੰਦਾਗਾ, ਤੂੰ ਆਪਦੇ ਉੱਥੋਂ ਖਾਤੇ ਚੋਂ ਕਢਾ ਲਈ ਬਸ। ਹੁਣੀ ਕਰੋ ਮੇਰੇ ਸਾਹਮਣੇ, ਤੂੰ ਏਟੀਐਮ ਹੀ ਲੈ ਜਾ, ਚੱਕ ਉੱਥੇ ਕਢਵਾਣੀ ਜਿੰਨੇ ਲੋੜ ਹੋਏ, ਇਹ ਨਾ ਹੋਵੇ ਵੀ ਕਿਤੇ ਖਾਤੇ ਖਾਲੀ ਕਰ ਦੇ। ਠੀਕ ਹੈ? ਠੀਕ ਹੈ, ਆ ਫੜ। ਥੈਂਕ ਯੂ ਡੈਡੀ। ਓ ਥੈਂਕ ਯੂ, ਜਾ। ਇੱਕ ਉਹ ਕੁੜੀ ਆ ਜੀਤਾਂ, ਜਿਹਨੇ ਮੇਰੀ ਵੀ ਨੀਂਦ ਹਰਾਮ ਕਰ ਰੱਖੀ ਹੈਗੀ, ਤੇ ਇੱਕ ਆ ਗਈ, ਇਹਦੀ ਸ਼ੋਪਿੰਗ ਹੀ ਨਹੀਂ ਸਾਰਾ ਦਿਨ ਲੋਟ ਆਉਂਦੀ, ਕਿਤੇ ਆਹ ਲੈਣਾ ਮੈਂ ਆਹ ਲੈਣਾ, ਤਾਂ ਹੀ ਅੱਕ ਕੇ ਏਟੀਐਮ ਫੜਾਇਆ, ਹੁਣ ਤਾਂ ਨਹੀਂ ਦਿਮਾਗ ਖਾਊਗੀ। ਇੱਕ ਤਾਂ ਗਰਮੀ ਵਾਲੀ ਹੋਈ ਪਈ ਹੈ, ਮਸਾਂ ਕੰਮ ਨਮੇੜ ਕੇ ਹਟੀਆਂ, ਇੱਕ ਨੂੰ ਪੁੱਤੇ ਦਾ ਪੈਰ ਜਿਹਾ ਪਤਾ ਨਹੀਂ ਕਦੋਂ ਆਰਾਮ ਆਊਗਾ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਤੁਸੀਂ? ਮੈਂ ਤਾਂ ਠੀਕ ਹਾਂ ਕੁੜੀਏ, ਤੂੰ ਸਿੱਧੇ ਹੀ ਮੂੰਹ ਚੱਕ ਕੇ ਅੰਦਰ ਆ ਬੜੀ। ਓਹੋ, ਮੈਂ ਤੁਹਾਨੂੰ ਜਾਣਦੀ ਆਂਟੀ ਜੀ, ਤੁਸੀਂ ਅਮਰ ਦੇ ਮੰਮੀ ਹੋ ਨਾ? ਆਹੋ, ਮੈਂ ਤਾਂ ਹੈਗੀ ਹਾਂ ਅਮਰ ਦੀ ਮੰਮੀ, ਪਰ ਤੂੰ ਨਾ, ਤੂੰ ਕਿਉਂ ਇਹੀ ਛਾਣਬੀਣ ਚ ਪਈ ਆ? ਮੈਂ ਤੈਨੂੰ ਜਾਣਦੀ ਨਹੀਂ, ਪੁੱਛਦੀ ਨਹੀਂ। ਤੁਸੀਂ ਮੇਰੀ ਛੱਡੋ ਆਂਟੀ ਜੀ, ਤੁਸੀਂ ਆਪਣੇ ਮੁੰਡੇ ਦੀ ਕਰਤੂਤ ਸੁਣੋ। ਮੇਰੀ ਗੱਲ ਸੁਣ ਲੈ, ਉਹ ਕੰਮ ਹੋ ਰਿਹਾ ਕਿ ਜਾਣ ਨਾ ਪਛਾਣ, ਮੈਂ ਤੇਰੀ ਮਹਿਮਾਨ ਨੀ, ਮੈਨੂੰ ਐ ਤਾਂ ਦੱਸ ਦੇ ਤੂੰ ਹੈ ਕੌਣ ਹੈ, ਕਦੇ ਦੇਖੀ ਨੀ ਭਾਲੀ ਨੀ। ਤੁਹਾਨੂੰ ਮੈਂ ਆਪਣੀ ਡਿਟੇਲ ਬਾਅਦ ਚ ਦਊਂਗੀ, ਪਹਿਲਾਂ ਤੁਸੀਂ ਆਪਣੇ ਮੁੰਡੇ ਦਾ ਸੋਚੋ ਵੀ ਉਹ ਕਿੱਦਾਂ ਉਹ ਜੀਤਾ ਦੇ ਪਿੱਛੇ ਫਿਰਦਾ, ਜਿਹੜੀ ਉਹ ਜੀਤਾ ਪਿੰਡ ਦੀ ਸਭ ਤੋਂ ਗਰੀਬ ਘਰ ਦੀ ਕੁੜੀ ਆ। ਜੀਤਾ? ਹਾਂਜੀ ਜੀਤਾ, ਉਹਦੇ ਪਿੱਛੇ ਪਿੱਛੇ ਫਿਰਦਾ, ਕਹਿੰਦਾ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ, ਤੁਸੀਂ ਦੱਸੋ ਕਰ ਦੋਗੇ? ਤੁਹਾਡਾ ਮੇਲ ਕਿੱਥੇ, ਉਹਦਾ ਮੇਲ ਕਿੱਥੇ? ਨਹੀਂ, ਜੀਤਾ ਹੁਣ ਹੈ ਕਿਹਦੀ ਹੈ? ਓਹੋ, ਉਹ ਜਿਹੜਾ ਚਰਨਾ ਨੀ ਹੈਗਾ, ਉਹਦੀ ਕੁੜੀ ਆ, ਜਿਹਦੀ ਜ਼ਮੀਨ ਵੀ ਗਹਿਣੇ ਤੇ ਪਈ ਆ। ਨੀ ਗਹਿਣੇ ਤਾਂ ਪਈ ਆ, ਚੱਲ ਚਰਨੇ ਕਿਉਂ ਤਾਂ ਮੈਂ ਜਾਣਦੀ ਆ, ਤੇ ਤੂੰ ਮੈਨੂੰ ਐ ਦੱਸ ਤੂੰ ਕੌਣ ਹੈ? ਤੁਸੀਂ ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਮੈਂ ਸਰਪੰਚ ਦੀ ਕੁੜੀ ਆ। ਅੱਛਾ ਸਰਪੰਚ, ਚੰਗਾ ਬਹਿ ਜਾ, ਬਹਿ ਜਾਂਦੀ ਹੈ। ਹਾਂਜੀ, ਹੁਣ ਮੇਰੀ ਗੱਲ ਸੁਣੋ ਧਿਆਨ ਨਾਲ, ਜਿਹੜੀ ਜੀਤਾ ਨਾ ਜੀਤਾ, ਉਹ ਤੁਹਾਡੇ ਮੁੰਡੇ ਤੇ ਡੋਰੇ ਸੁੱਟਦੀ ਆ, ਜਿੱਥੇ ਦੇਖਦੀ ਆ ਬਸ ਉਹਨੂੰ ਹੀ ਦੇਖੀ ਜਾਊਗੀ ਪਾਗਲਾਂ ਦੀ ਤਰ੍ਹਾਂ, ਜਿਵੇਂ ਕੋਈ ਪਾਗਲ ਹੁੰਦਾ। ਲੈ ਹਾਂਜੀ, ਹੁਣ ਤੁਸੀਂ ਸੋਚੋ ਕਿ ਤੁਹਾਡਾ ਇੰਨਾ ਸੋਹਣਾ ਸੁਨੱਖਾ ਮੁੰਡਾ ਉਹਦੇ ਨਾਲ ਮੇਲ ਖਾਂਦਾ ਕਿਤੇ? ਲੈ, ਉਹਦੇ ਨਾਲ ਕਿੱਥੋਂ ਮੇਲ ਖਾਂਦਾ, ਮੇਰਾ ਪੁੱਤ ਦਾ ਸੁੱਖ ਨਾਲ ਲੰਮਾ ਲੁੱਚਾ, ਤੇ ਉਹ ਇੰਨੀ ਕੁ ਗਿੱਠਕ ਦੀ,
ਉਹੀ ਤਾਂ ਗੱਲ ਹੈ, ਹੁਣ ਤੁਹਾਡੇ ਮੁੰਡੇ ਨੂੰ ਤਾਂ ਸਮਝ ਨਹੀਂ ਆਉਂਦੀ, ਉਹ ਤਾਂ ਜੀਤਾ ਜੀਤਾ ਰੱਟੀ ਫਿਰਦਾ। ਇੱਕ ਦਿਨ ਮੈਨੂੰ ਵੀ ਮਿਲਿਆ ਸੀ ਰਾਹ 'ਚ, ਮੈਂ ਉਹਨੂੰ ਪੁੱਛਿਆ ਸੀ ਵੀ ਤੂੰ ਉਹਦੇ ਵਿੱਚ ਨਹੀਂ ਗੇੜੇ ਕਿਉਂ ਮਾਰਦਾ, ਕਹਿੰਦਾ ਮੇਰਾ ਤਾਂ ਬਚਪਨ ਦਾ ਪਿਆਰ ਆ, ਮੈਂ ਤਾਂ ਵਿਆਹ ਹੀ ਉਹਦੇ ਨਾਲ ਕਰਾਉਣਾ। ਹੁਣ ਦੇਖੋ ਆਂਟੀ, ਮੈਂ ਤਾਂ ਤੁਹਾਨੂੰ ਵਾਰਨਿੰਗ ਦੇਣ ਆਈ ਹਾਂ, ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ, ਕਿਤੇ ਆਉਣਾ ਹੋਵੇ ਕਿ ਲੰਘਿਆ ਵੇਲਾ ਹੱਥ ਨਾ ਆਵੇ। ਨਾ ਗੱਲ ਵਿਆਹ ਤੂੰ ਕਿਵੇਂ ਪਹੁੰਚ ਗਈ? ਹਾਂਜੀ ਆਂਟੀ ਜੀ, ਮੈਂ ਤਾਂ ਤੁਹਾਨੂੰ ਕਹਿਣ ਆਈ ਸੀ, ਮੈਂ ਤਾਂ ਕਹਿਤਾ, ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਚੰਗਾ ਜੀ, ਮੈਂ ਚੱਲਦੀ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲੈ ਆ ਚਾੜ ਤਾਂ ਚੰਦ ਕੰਜਰ ਨੇ ਜਿਹੜਾ ਨਹੀਂ ਚਾੜਨਾ ਸੀ, ਜਿਹੋ ਜਿਹੇ ਆਲੇ ਉਹੋ ਜਿਹੇ ਕੁੱਜੇ, ਜਿਹੋ ਜਿਹਾ ਪਿਓ ਕੰਜਰ ਦਾ ਉਹੋ ਜਿਹਾ ਆਪ ਨਿਕਲ ਗਿਆ। ਆਉਣ ਦੇ ਘਰੇ, ਅੱਜ ਇਹਦੀ ਤਾਂ ਮੈਂ ਲੈਂਦੀ ਹਾਂ ਖਬਰ। ਦੇਖੀ ਫਿਰ ਮੁੰਡਿਆ, ਤੇਰੀ ਤਾਂ ਅੱਜ ਖੈਰ ਨਹੀਂ, ਤੇਰੀ ਤਾਂ ਲੱਤ ਵਾ ਤੋੜੀ। ਲੈ ਚਾਹ ਦੀ ਘੁੱਟ ਕਰਕੇ ਪੀ ਲਾ ਪਹਿਲਾਂ। ਕੀ ਕਰੀ ਉਹਨੇ ਜੀਤਾਂ ਦੇ ਬਾਪੂ? ਉਹ ਕਰਨਾ ਕੀ ਆ, ਤੈਨੂੰ ਪਤਾ ਤਾਂ ਹੈਗਾ ਆ ਕਣਕੀ ਦੇ ਗੱਟੇ ਭਰੇ ਹੈਗੇ। ਆ ਹੈ ਨਹੀਂ, ਬਸ ਥੋੜੇ ਰਹਿ ਗਏ, ਮੈਂ ਚਾਲੀ ਤੋਂ ਬਾਅਦ ਦੇਖੀ ਜਾਊ। ਕਣਕ ਸਾਰੀ ਕੱਢ ਲਈ, ਮੈਂ ਜਿਹੜੀ ਹੈਗੀ ਆ ਇਹਨੂੰ ਨਾ ਸੁਸਰੀ ਖਾ ਜੇ ਕਿਤੇ। ਆਹੋ ਚੱਲ, ਇਹ ਤਾਂ ਗੱਲ ਤੁਹਾਡੀ ਠੀਕ ਹੈ ਜੀ। ਮੈਂ ਤਾਂ ਸੱਚ ਸੁਣ ਜੀਤਾਂ ਦੇ ਬਾਪੂ ਐਂ ਕਹਿੰਦੀ ਸੀ ਵੀ ਉਹ ਨੰਬਰਦਾਰ ਜਿਹੜਾ ਕਹਿੰਦਾ ਤੇ ਰਿਸ਼ਤੇ ਬਾਰੇ ਤੁਸੀਂ ਵਿਚੋਲੇ ਨੂੰ ਭੇਜ ਦਿੰਦੇ ਉੱਧਰ। ਉਹ ਵਿਚੋਲੇ ਨੂੰ ਤਾਂ ਭੇਜ ਦਿੰਦੇ, ਤੇਰੀ ਗੱਲ ਤਾਂ ਠੀਕ ਆ। ਚੱਲ ਕੋਈ ਗੱਲ ਨਹੀਂ, ਕਰ ਲਾਂਗੇ ਗੱਲ, ਜਿੱਦੇ ਕਿਤੇ ਟਾਈਮ ਜਿਹਾ ਲੱਗਿਆ ਹੌਲੀ ਹੌਲੀ ਜਾਇਆ ਮੰਗ ਰੁਕੀ ਆ। ਲੈ ਹੌਲੀ ਹੌਲੀ ਜਾ ਆਵਾਂਗੇ ਕਹਿੰਦੇ। ਉਹ ਹੋਰ ਦੇ ਮਤਲਬ ਆਈ ਆ ਵੀ ਦੋ ਚਾਰ ਦਿਨਾਂ 'ਚ, ਜਦੋਂ ਵੀ ਟਾਈਮ ਜਿਹਾ ਲੱਗਿਆ ਗੱਲਬਾਤ ਕਰਕੇ ਪਤਾ ਲੱਗ ਜਾਂਦਾ, ਜਦੋਂ ਟਾਈਮ ਜਿਹਾ ਲੱਗਿਆ ਜਾਇਆ ਮੰਗ। ਕੋਈ ਗੱਲ ਨਹੀਂ, ਮੈਂ ਕਰ ਲੂੰਗਾ, ਜੇ ਮੇਰਾ ਟਾਈਮ ਲੱਗਿਆ ਮੈਂ ਜਾ ਆਵਾਂਗਾ। ਮੈਂ ਤਾਂ ਇਹ ਕਹਿੰਦੀ ਸੀ ਜੀ ਵੀ ਤੁਸੀਂ ਵਿਚੋਲੇ ਨੂੰ ਭੇਜ ਦਿੰਦੇ। ਓਹੋ, ਉਹ ਵਿਚੋਲੇ ਨੇ ਕਿਉਂ? ਜਦੋਂ ਮੇਰਾ ਟਾਈਮ ਜਿਹਾ ਲੱਗਿਆ ਮੈਂ ਆਪ ਹੀ ਜਾ ਆਵਾਂਗਾ ਫਿਰ। ਚੱਲ ਤੁਹਾਡੀ ਮਰਜ਼ੀ ਹੈ ਫਿਰ। ਉਹ ਪਤਾ ਲੱਗ ਜਾਂਦਾ ਸਿੱਧੇ ਮੂੰਹ ਕਿਸੇ ਕੀ ਬੋਲਦਾ ਅਗਲਾ, ਠੀਕ ਹੈ, ਮੈਂ ਆਪ ਹੀ ਜਾ ਆਵਾਂਗਾ। ਚੰਗਾ ਫਿਰ, ਜਿਵੇਂ ਤੁਹਾਨੂੰ ਠੀਕ ਲੱਗਿਆ ਚਲੋ ਉਵੇਂ ਕਰ ਲਿਓ। ਚੱਲ ਕੋਈ ਨਹੀਂ, ਉਹ ਮੇਰੀ ਵੀ ਧੀ ਆ, ਪੈਸਾ ਤਾਂ ਮੈਨੂੰ ਵੀ ਦੇ ਗਈ ਆ। ਫੜੇ ਗਈ ਰੋਟੀ ਪਾਣੀ ਖਾ ਲਓ, ਖੇਤ ਕਿਹੜਾ ਮਾਰ। ਕਿਵੇਂ ਬੇਬੇ, ਕਿਵੇਂ ਮੂੰਹ ਜਿਹਾ ਬਣਾਈ ਬੈਠੀ ਆ? ਬੇਬੇ ਤਾਂ ਠੀਕ ਹੈ, ਤੂੰ ਮੈਨੂੰ ਕੁਛ ਠੀਕ ਨਹੀਂ ਲੱਗਦਾ। ਕਿਉਂ ਬੇਬੇ, ਨਹਾ ਕੇ ਆਇਆ ਮੈਂ ਤਾਂ, ਪੱਗ ਪੁੱਗ ਬੰਨ ਕੇ, ਮੈਂ ਰੋਟੀ ਖਾ ਕੇ ਚੱਲ ਖੇਤ ਗੇੜਾ ਮਾਰ ਲਾਂਗੇ। ਆਹੋ ਮੈਨੂੰ ਪਤਾ ਹੀ ਹੈ, ਨਹਾ ਲਿਆ, ਕੱਪੜੇ ਪਾ ਲਏ, ਪੱਗ ਬੰਨ ਲਈ। ਵਧੀਆ ਬੰਨੀ ਨੇ ਬੇਬੇ। ਹਾਂ ਬਹੁਤ ਸੋਹਣੀ, ਘੈਂਟ ਲੱਗਦਾ ਮੇਰਾ ਪੁੱਤ, ਕਿਉਂਕਿ ਦੇਖਣ ਜਾਣਾ ਨਾ ਕਿਸੇ ਨੂੰ ਫਿਰ ਮਗਰ ਗੇੜੀ ਛੇੜੀ ਲਾਉਣ। ਬੇਬੇ ਮੈਂ ਕਿਹਨੂੰ ਦੇਖਣ ਜਾਣਾ? ਬਈ ਜਿਹਦੇ ਮਗਰ ਫਿਰਦਾ ਸਾਰਾ ਦਿਨ। ਬੇਬੇ ਤੈਨੂੰ ਕਿਹਨੇ ਕਿਹਾ ਕੁਛ? ਕਹਿੰਦਾ ਬੇਬੇ ਤੈਨੂੰ ਕਿਹਨੇ ਕਿਹਾ ਕੁਛ? ਤੂੰ ਪਹਿਲਾਂ ਮੈਨੂੰ ਐਂ ਦੱਸ, ਮੈਂ ਝੂਠ ਬੋਲਦੀ ਆ? ਨਹੀਂ ਬੇਬੇ, ਤੂੰ ਤਾਂ ਨਹੀਂ ਝੂਠ ਬੋਲਦੀ, ਪਰ ਮੈਂ ਤਾਂ ਘਰ ਦੇ ਕੰਮ ਹੀ ਲੋਟ ਆਉਂਦੇ, ਮੇਰੇ ਕੋਲ ਕਿੱਥੇ ਇੰਨਾ ਟਾਈਮ ਵੀ ਕਿਸੇ ਪਿੱਛੇ ਗੇੜੇ ਕੱਢਾ ਮੈਂ। ਪੁੱਤ ਘਰ ਦੇ ਕੰਮਾਂ ਦੀ ਤਾਂ ਪਰਵਾਹ ਹੀ ਨਹੀਂ, ਮੈਂ ਵੀ ਆਖਾਂ ਵੀ ਸਾਰੇ ਕੰਮ ਰੁਲੇ ਪਏ ਨੇ। ਪਹਿਲਾਂ ਕਦੇ ਐਂ ਕੰਮ ਡਿੱਗੇ ਹੋਏ ਹੈਗੇ ਸੀ ਆਪਣੇ? ਕਿਸੇ ਖੂੰਜੇ ਟੋਕਰਾ ਡਿੱਗਿਆ ਪਿਆ, ਕਿਤੇ ਡੱਬਾ ਡਿੱਗਿਆ ਪਿਆ, ਕਿਤੇ ਬਾਲਟੀ ਪਈ ਹੈ। ਪਹਿਲਾਂ ਕਿਵੇਂ ਚਿਣ ਚਿਣ ਰੱਖਦਾ ਹੁੰਦਾ ਸਾਰੇ, ਤੇ ਹੁਣ ਕਿਵੇਂ ਰੁਲਦੇ ਫਿਰਦੇ ਨੇ? ਸੀਰੀ ਨੇ ਰੱਖਦੇ ਹੋਣਗੇ ਬੇਬੇ, ਮੈਂ ਤਾਂ ਖੇਤ ਗਿਆ ਵਸ ਗਿਆ ਪਹਿਲਾਂ। ਸੀਰੀ ਅੱਜ ਨਵਾਂ ਨਹੀਂ, ਸੀਰੀ ਪਹਿਲਾਂ ਵੀ ਸੀ, ਪਰ ਪਹਿਲਾਂ ਤੇਰੀ ਗੌਰ ਹੁੰਦੀ ਘਰ ਦੇ ਕੰਮਾਂ ਤੇ, ਹੁਣ ਹੁਣ ਤਾਂ ਤੇ ਤੂੰ ਨੀਚਣੀ ਤਾਂ ਨਹੀਂ, ਤੈਨੂੰ ਵੇਲ ਮਿਲਦੀ? ਬੇਬੇ ਕਿਉਂ ਐਵੇਂ ਬੋਲੀ ਜਾਂਦੀ ਹੈ ਕਿ ਮੈਂ ਨਹੀਂ ਕਿਸੇ ਵੱਲ ਗਿਆ, ਨਾ ਮੈਂ ਕਿਸੇ ਦੇ ਪਿੱਛੇ ਗਿਆਗਾ, ਉਹੀ ਨਾ ਮੈਨੂੰ ਝੜਕੀ ਚੱਲ। ਮੈਂ ਸਭ ਜਾਣਦੀ ਆ ਪੁੱਤ, ਇਹ ਜਿਹੜੀ ਤੇਰੇ ਤੇ ਜਵਾਨੀ ਹੈ ਨਾ, ਮੇਰੇ ਕੋਲ ਹੀ ਗਈ ਹੈ, ਸਮਝ ਗਿਆ? ਇਹ ਤਾਂ ਗਦੀ ਦੇ ਬੱਚੇ ਤੇ ਵੀ ਆਈ ਸੀ 2.5 ਦਿਨ ਨਾ, ਕੀ ਹੈ ਉਹ ਜਿਹਦੇ ਮਗਰ ਫਿਰਦਾ ਤੂੰ?
ਉਹਦੀ ਸਾਕਲ ਨਾ ਅਕਲ ਉਹਨੂੰ। ਬੇਬੇ ਮੈਂ ਤੈਨੂੰ ਕਹੀ ਜਾਂਦਾ ਬੇਬੇ ਬਸ ਬਾਲਾ ਨਾ ਉਹ ਕਰੇ ਮੀ ਗੱਲ ਨਾ ਪਤਾ ਕਿਉਂ ਨਾ ਪਤਾ ਮਾ ਬਾਈ ਬੇਬੇ ਮੈਂ ਪਿਆਰ ਕਰਦਾ ਹਾਂ ਠੀਕ ਆ ਤੇ ਵਿਆਹ ਵੀ ਮੈਂ ਉਹਦੇ ਨਹੀਂ ਕਰਾਉਂਗਾ। ਅੱਛਾ ਇੱਥੇ ਤੂੰ ਪਹੁੰਚ ਕੇ ਗੱਲ ਵੱਡਾ ਮਹੀ ਵੱਲ ਪਿਆਰ ਕਰਨ ਵਾਲਾ ਟਿੱਕੇ ਵਜਾ ਆ ਪਿਆਰ ਬੁਲ ਤੇਰਾ ਨਾ ਦੋ ਦਿਨਾਂ ਦਾ ਹੀ ਹੁੰਦਾ ਨਾ ਮੇਰੀ ਗੱਲ ਸੁਣ ਬੇ ਮੈਂ ਜਿਹਨੇ ਜੰਮ ਕੇ ਪਾਲ ਕੇ ਐਡਾ ਵੱਡਾ ਕਰਿਆ ਤੇ ਸਾਡਾ ਪਿਆਰ ਪਿਆਰ ਨੀ ਤੇ ਉਹ ਕੱਲ ਦੀ ਨੀਚਲੀ ਦੋ ਦਿਨ ਤੇਰੇ ਨਾਲ ਗੱਲਾਂ ਮਾਰ ਕੇ ਉਹਦਾ ਪਿਆਰ ਹੋ ਗਿਆ ਤੈਨੂੰ ਹੈ। ਬੇਬੇ ਦੋ ਦਿਨਾਂ ਦਾ ਪਿਆਰ ਨੀ ਹੈਗਾ ਮੇਰਾ 20 ਸਾਲ ਹੋ ਗਏ ਮੈਨੂੰ ਉਹਦੇ ਪਿੱਛੇ ਫਿਰਦੇ ਨੂੰ ਉਹ ਗੱਲ ਵੱਖਰੀ ਆ ਵੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਬਾਅਦ ਉਹ ਆਪਣੀ ਭੂਆ ਕੋਲ ਵਾਗੀ ਸੀਗੀ ਤੇ ਹੁਣ ਆਈ ਉਹ ਉਹਦੇ ਪਿੰਡ। ਅੱਛਾ ਇਹਦਾ ਮਤਲਬ ਤੂੰ ਜੰਮਦਾ ਹੀ ਉਹਦੇ ਮਗਰ ਪੈ ਗਿਆ ਸੀ ਨਾ ਤੈਨੂੰ ਸ਼ਰਮ ਨਹੀਂ ਆਈ ਫਿਰ ਨਾ ਉਹਨੂੰ ਸ਼ਰਮ ਆਈ ਜਿਹੜਾ ਐਡੇ ਐਡੇ ਕ ਖੇਡਦੇ ਸੀ ਅੱਛਾ ਤੁਹਾਨੂੰ ਖੇਡਦੇ ਨੂੰ ਇਹ ਪਿਆਰ ਹੋ ਗਿਆ ਬੇ ਤੁਸੀਂ ਤਾਂ ਜੰਮਤੀ ਬੇਵਤਾ ਕਰਨ ਲੱਗੇ ਮਾੜੀ ਮੋਟੀ ਸੰਗ ਸ਼ਰਮ ਆਈ ਨਾ। ਬੇਬੇ ਤੂੰ ਮੈਂ ਪੁੱਠਾ ਇਦਾਂ ਨਾ ਬੋਲੀ ਚੱਲ ਉਹਨੂੰ ਉਹ ਇਸ ਘਰ ਦੀ ਨੂੰਹ ਬਣਨ ਵਾਲੀ ਆ ਠੀਕ ਆ ਮੈਂ ਵਿਆਹ ਉਹਦੇ ਨਹੀਂ ਕਰਾਉਣਾ ਨਹੀਂ ਮੈਂ ਵਿਆਹ ਵੀ ਕਰਾਉਂਦਾ। ਅੱਛਾ ਪੰਜ ਸੱਤ ਕੁੜੀਆਂ ਛੱਡਤੀਆਂ ਲੈ ਅੱਛਾ ਨੂੰਹ ਬਣਨ ਵਾਲੀ ਇਸ ਘਰ ਦੀ ਗੱਲ ਇੱਥੇ ਤੱਕ ਪਹੁੰਚ ਗਈ ਮੇਰੀ ਗੱਲ ਸੁਣ ਲੈ ਮੁੰਡਿਆ ਉਹਨਾਂ ਦੇ ਬੈ ਖਤੀਆਂ ਦੇ ਤੇਰਾ ਵਿਆਹ ਨਾ ਅੱਜ ਹੋਵੇ ਨਾ ਕੱਲ ਹੋਵੇ ਜ਼ਮੀਨ ਤਾਂ ਸਾਰੀ ਉਹਨਾਂ ਨੇ ਗਹਿਣੇ ਤਾਂ ਰੱਖੀ ਹੈ। ਬੇਬੇ ਮੈਂ ਉਹਦੇ ਬਾਰੇ ਪੁੱਠਾ ਇਦਾਂ ਨਾ ਬੋਲੀ ਚੱਲ ਮੈਂ ਤਾਂ ਉਹਦੇ ਨਾਲ ਹੀ ਕਰਾਉਂ ਪਿਆ ਚਾਹੇ ਕੁਛ ਹੋ ਜੇ। ਪਹਿਲਾਂ ਮੈਨੂੰ ਐਂ ਦੱਸ ਆਪਣੇ ਨਾਲ ਮੇਲ ਜੋਲ ਹੈਗਾ ਤੂੰ ਕਿੱਡੇ ਕਰਦਾ ਉਹ ਕੀ ਆਖਣਗੇ ਲੋਕ ਬੇ। ਬੇਬੇ ਜੇ ਤੇਰੇ ਧੀ ਹੁੰਦੀ ਫਿਰ ਤੂੰ ਵੀ ਐਂ ਕਰਦੀ ਉਹੀ ਗੱਲਾਂ ਕਰੀ ਨਹੀਂ ਹੈਗੀ। ਮੇਰੀ ਧੀ ਹੁੰਦੀ ਨਾ ਤਾਂ ਆ ਇਹੋ ਜਿਹੇ ਕਰਤੂਤਾਂ ਨਹੀਂ ਕਰਦੀ ਸੀ ਚੰਗਾ ਜਾਂ ਉਹ ਕਰਦੀ ਫਿਰ ਮੈਂ ਵਿਆਹ ਕੀ ਲੈ ਕੇ ਆਉਂਗਾ ਮੈਂ ਕਿ ਉਹਨੂੰ ਲੈ ਕੇ ਆਉਣਾ ਦਾ ਉਰਾ ਬਰਾ ਨਹੀਂ ਹੁੰਦੀ ਮੈਂ ਮੰਨ ਲੈਦੀ ਗਵਾਂਢ ਪਿੰਡ ਦੀ ਆ ਉਸ ਪਿੰਡ ਦੇ ਤਾਂ ਆਪਣੇ ਪਿੰਡ 'ਚ ਰਿਸ਼ਤੇ ਨਹੀਂ ਹੁੰਦੇ ਜਿੱਥੇ ਤੂੰ ਕਹਿੰਦਾ ਕਿ ਮੈਂ ਵਿਆਹ ਕਰਾ ਕੇ ਲਿਆਉਂਗਾ ਉਹਨੂੰ ਆਦਾ ਉੱਥੇ ਕਰਾਉਂ ਫਿਰ ਬੇਬੇ ਤੈਨੂੰ ਮੈਂ ਕਰਾਉਂਗਾ ਢੋਲੇ ਕੰਜਰਾ ਸਾਲਾ ਵਿਆਹਾਂ ਦਾ ਬਣਿਆ ਤੈਨੂੰ ਲਿਆ ਕੇ ਦੇਉ ਮਕਲਾਵਾ ਮੈਂ ਕਿੱਥੋਂ ਲਹੂ ਪੀਤਾ ਸਹੀ ਗੱਲ ਆ ਯਾਰ ਹਾਂ ਅੱਜ ਆ ਪਿੰਡ 'ਚ ਹੁਣ ਆਇਆ ਤਾਂ ਹੈਗਾ ਨੰਬਰਦਾਰ ਰਿਸ਼ਤੇ ਦੇ ਬਾਰੇ ਕਹਿੰਦਾ ਸੀਗਾ ਕੁੜੀ ਦੇ ਬਾਰੇ ਫਿਰ ਅੱਜ ਮੈਂ ਗੱਲ ਹੀ ਨਾ ਕਰਦਾ ਦੇਖੀ ਜਾਓ ਹੁਣ ਨੰਬਰਦਾਰ ਨੂੰ ਕਿੱਥੇ ਬੁਲਾਵਾਂ ਮੈਂ ਇਕੱਲਾ ਆਪ ਹੀ ਜਾਇਆ ਉਹਨਾਂ ਦਾ ਸਹੀ ਗੱਲ ਆ ਫਿਰ ਮੈਂ ਵਗ ਹੀ ਜਾਂਦਾ ਦੇਖੀ ਜਾਓ ਕੀ ਯਾਰ ਜਵਾਕ ਜੇ ਸਮਝਦੀ ਨੀ ਮਾਮੇ ਤੋਂ ਵੀ ਫੋਨ ਕਰਾਤਾ ਤਾਂ ਵੀ ਨੀ ਪੈਰ ਲੱਗਣ ਦਿੰਦੀ ਚੱਲ ਦੇਖੀ ਜਾਓ ਮਨਾ ਜਿਹੜਾ ਕੁਛ ਬਣੂਗਾ। ਗੋਲੀ ਮਾਰ ਯਾਰ ਉਹ ਤਾਂ ਨਾ ਮਿਲੇ ਆਪਾਂ ਨੂੰ ਐਵੇਂ ਦੇ ਘਰਾਂ ਦੇ ਮਿਲਿਆ ਤੂੰ ਯਾਰ ਗੱਲ ਆਪਣੇ ਕੰਮ ਦੀ ਕਰੀ ਸੀ ਉਹ ਤੋਂ ਮੈਂ ਕੀ ਲੈਣਾ ਗਾ ਗੱਲ ਤਾਂ ਸੁਣ ਲੈ ਸੁਣਾ ਚੱਲ ਸਰਪੰਚ ਵਧਾਈ ਆਪਣਾ ਤੈਨੂੰ ਸਰਪੰਚ ਹੀ ਆਪਾਂ ਹੀ ਜਿੱਤਾਂਗੇ ਉਹ ਚੱਲ ਤੂੰ ਗੱਲ ਦੱਸ ਯਾਰ ਪਹਿਲਾਂ ਕੀ ਕਹਿਣਾ ਸਰਪੰਚ ਹੀ ਜਿੱਤੂ ਇਹ ਕੁਦਰਤੀ ਮੈਂ ਉੱਥੇ ਬੈਠਾ ਉੱਥੋਂ ਆਪਣਾ ਵਾਲਾ ਚਰਨਾ ਵੱਗ ਗਿਆ ਅੱਛਾ ਬੇਇੱਜ਼ਤੀ ਕੀ ਕਰੀ ਹਾਏ ਰੱਬਾ ਕਰੀ ਲਾ ਲਾ ਸਿੱਟਿਆ ਲਾ ਲਾ ਗੱਲ ਵੀ ਦੱਸੇਗਾ ਕਬਜ਼ਾਰ ਤੇ ਪਾਈ ਜਾਏਗਾ ਗੱਲ ਦੱਸ ਲੈ ਸਰਪੰਚ ਆ ਗੱਲ ਸੁਣ ਫਿਰ
ਪਹਿਲਾਂ ਚਾਹ ਪੀ ਲੈ ਭਾਈ, ਬਾਕੀ ਗੱਲ ਆਪਾਂ ਫੇਰ ਕਰਦੇ ਹਾਂ। ਹੋਰ ਘਰ ਪਰਿਵਾਰ ਠੀਕ ਹੈ ਸਾਰਾ? ਚਲੋ ਓਕੇ ਹੀ ਚਾਹੀਦਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ, ਬੈਠੋ। ਹੋਰ ਭਾਈ ਠੀਕ ਹੈ? ਚਲੋ ਚੰਗੀ ਗੱਲ ਹੈ। ਹੋਰ ਮੈਂ ਤਾਂ ਤੁਹਾਡੇ ਕੋਲ ਇੱਕ ਕੰਮ ਆਇਆ ਸੀਗਾ ਜੀ। ਦੱਸੋ ਦੱਸੋ ਕੀ ਕੰਮ ਆਇਆ ਸੀ? ਪਿੰਡ ਹੈਗਾ ਉੱਚਾ ਪਿੰਡ ਆ, ਤੇ ਇੱਕ ਮੇਰੇ ਧੀ ਆ ਜੀਤਾ। ਜਾਣਦੀ ਆ ਮੈਂ। ਜਾਣਦੇ ਹੋ ਜੀ ਉੱਚੇ ਪਿੰਡ ਚਰਨਾ? ਹਾਂਜੀ ਹਾਂਜੀ ਹਾਂਜੀ। ਤੇ ਤੈਨੂੰ ਕੌਣ ਭੁੱਲਿਆ? ਚਲੋ ਜੀ, ਮੇਰੀ ਧੀ ਦਾ ਰਿਸ਼ਤਾ ਲੈ ਕੇ ਆਇਆ ਸੀਗਾ ਜੀ ਆਪਣੇ ਮੁੰਡਿਆਂ ਵੱਲੋਂ। ਅੱਛਾ, ਤਾਂ ਗੱਲ ਇੱਥੇ ਤੱਕ ਪਹੁੰਚ ਗਈ ਹੈ। ਪਹਿਲਾਂ ਮੈਨੂੰ ਐਂ ਦੱਸ, ਤੂੰ ਜਦੋਂ ਮੇਰੇ ਅੰਦਰ ਵੜਿਆ ਮਾੜੀ ਮੋਟੀ ਝਿਜਕ ਨਹੀਂ ਆਈ ਤੈਨੂੰ? ਓਹੋ, ਐਂ ਤਾਂ ਮੈਨੂੰ ਪਤਾ ਜੀ ਤੁਹਾਡਾ ਵੱਡਾ ਘਰ ਆ, ਐਂ ਤਾਂ ਮਨ ਨੂੰ ਗੱਲ ਆਉਂਦੀ ਹੈ। ਫਿਰ ਵੀ ਮੈਂ ਕੁਛ ਸੋਚ ਕੇ ਆਇਆ ਤੁਹਾਡੇ ਕੋਲ ਵੀ ਚੱਲ ਮੇਰੇ ਧੀ ਆ, ਚੰਗੇ ਮੇਰੇ ਸੰਸਕਾਰ ਦਿੱਤੇ ਹੋਏ ਆ, ਚੱਲ ਤੁਸੀਂ ਰਿਸ਼ਤਾ ਲੈ ਲਓ ਤਾਂ ਬਹੁਤ ਵਧੀਆ ਗੱਲ ਹੈ ਜੀ। ਓਹੋ, ਅੱਛਾ, ਮਤਲਬ ਕਿ ਨਾਲੀ ਦੀ ਇੱਟ ਚਵਾਰੇ ਨੂੰ ਲੱਗਣ ਜਾਣੀ ਹੈ। ਮਾੜੀ ਮੋਟੀ ਸੋਚ ਸਮਝ ਕੇ ਗੱਲ ਕਰੀ ਦੀ ਹੈ ਚਰਨਾ। ਭੈਣ ਜੀ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ, ਉਹ ਮੈਨੂੰ ਤਾਂ ਨੰਬਰਦਾਰ ਨੇ ਕਿਹਾ ਸੀਗਾ ਵੀ ਤੇਰੀ ਧੀ ਦਾ ਰਿਸ਼ਤਾ ਉੱਥੇ ਕਰਾ ਦਾ। ਫਿਰ ਮੈਂ ਸੋਚਿਆ ਵੀ MLA ਤੱਕ ਆਪਾਂ ਕਿਹਨੂੰ ਭੇਜਾਂਗੇ, ਉਹ ਮੈਂ ਇੱਥੇ ਆਇਆ ਸੀਗਾ, ਮੈਂ ਚੱਲ ਆਪਾਂ ਆਪ ਹੀ ਪਤਾ ਲੈ ਜਾਂਦੇ, ਤਾਂ ਉਹਨੂੰ ਕਿਸੇ ਨੂੰ ਵਿਚਵਾੜਨਾ ਗਾ, ਮੈਂ ਤਾਂ ਕਰਕੇ ਤੁਹਾਡੇ ਕੋਲ ਆ ਗਿਆ। ਅੱਛਾ, ਨਾ ਮੈਨੂੰ ਐਂ ਦੱਸ, ਤੇਰੀ ਧੀ 'ਚ ਇਹੋ ਜਿਹਾ ਹੈ ਕਿ ਜਿਹੜਾ ਮੈਂ ਮੇਰੇ ਪੁੱਤ ਨੂੰ ਰਿਸ਼ਤਾ ਲੈ ਲਾਂ? ਤੇਰੇ ਕੋਲ 2 ਕਿੱਲੜੀਆਂ ਨੇ? 2? ਓਹੋ ਜੀ, ਉਹ ਗੱਲ ਕਿੱਲੜੀਆਂ ਦੀ ਨਹੀਂ, ਗੱਲ ਤਾਂ ਇਹ ਹੁੰਦੀ ਹੈ ਭਾਵੇਂ 2 ਆ ਭਾਵੇਂ 4 ਆ, ਗੱਲ ਤਾਂ ਇਹ ਹੁੰਦੀ ਹੈ ਜਿਹੜੇ ਸੰਸਕਾਰ ਆ ਨਾ ਮੇਰੀ ਧੀ ਦੇ ਬਹੁਤ ਵਧੀਆ ਗਏ, ਬਹੁਤ ਵਧੀਆ ਗਈ ਮਿੱਤੀ। ਮੈਂ ਤਾਂ ਕਰਕੇ ਕਹਿਣਾ ਜੇ ਤੁਹਾਡੇ ਕਿਤੇ ਘਰ ਆ ਗਈ ਨਾ ਘਰ ਦੇ ਰੰਗ ਭਾਗ ਹੀ ਲੱਗ ਜਾਣਗੇ। ਅੱਛਾ, ਸੰਸਕਾਰਾਂ 'ਤੇ ਗੱਲ ਆ ਗਈ ਚਰਨਿਆ, ਉਹੋ ਜਿਹੇ ਸੰਸਕਾਰ ਹੋਣਗੇ ਤੇਰੀ ਧੀ 'ਚ ਜਿਹੜੇ ਤੂੰ 10 ਕਿੱਲੇ ਗਹਿਣੇ ਕੀਤੇ ਆ ਨਾ, ਤੇਰੀ ਧੀ ਉਰੇ ਆ ਕੇ ਰੰਗ ਭਾਗ ਨਹੀਂ ਲਾਉਂਦੀ, ਸਾਡੀ ਵੀ ਜ਼ਮੀਨ ਜਾਇਦਾਦ ਉਹ ਗਹਿਣੇ ਹੀ ਕਰਾਊਗੀ। ਲਓ ਜੀ, ਤੂੰ ਤਾਂ ਗੱਲ ਨੂੰ ਨਾ ਹੋਰ ਪਾਸੇ ਲੈ ਜਾ, ਮੈਂ ਆਹ ਗੱਲ ਸੋਚ ਕੇ ਨਹੀਂ ਆਇਆ। ਚੱਲ ਮੰਨੀ ਗੱਲ, ਤੁਸੀਂ ਘਰੋਂ ਤਕੜਿਆ, ਤੁਸੀਂ ਤਾਂ ਘਰੇ ਆਏ ਬੰਦੇ ਦੀ ਬੇਇੱਜ਼ਤੀ ਕਰ ਜਾਂਦੇ। ਬੇਇੱਜ਼ਤੀ? ਤੇਰੀ ਵੀ ਕੋਈ ਇੱਜ਼ਤ ਹੈ? ਇੱਕ ਗੱਲ ਹੋਰ ਸੁਣ ਲੈ ਕੰਨ ਖੋਲ੍ਹ ਕੇ, ਜੇ ਉੱਠਾਂ ਵਾਲਿਆਂ ਨਾਲ ਯਾਰੀਆਂ ਲਾਉਣੀਆਂ ਹੋਣ ਨਾ, ਦਰਵਾਜ਼ੇ ਨੀਵੇਂ ਨਹੀਂ ਰੱਖੀ ਦੇ, ਸਮਝ ਗਿਆ? ਗੱਲ ਸੁਣ ਲੈ ਮੇਰੀ, ਇਦੋਂ ਪਹਿਲਾਂ ਕਿ ਮੈਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਾਂ, ਆਪਣੇ ਆਪ ਹੀ ਉੱਠ ਕੇ ਵਗ ਦਰਵਾਜ਼ਾ ਉਹ ਸੀ। ਦੇਖੋ ਭੈਣ ਜੀ, ਮੈਂ ਤਾਂ ਫਿਰ ਵੀ ਤੁਹਾਡੇ ਮੇਰੇ ਹੱਥ ਜੋੜਦਾ, ਇੰਨਾ ਬੰਦੇ ਨੂੰ ਹੰਕਾਰ ਨਹੀਂ ਚਾਹੀਦਾ, ਪਰਮਾਤਮਾ ਦੇ ਰੰਗਾਂ ਦਾ ਪਤਾ ਨਹੀਂ ਹੁੰਦਾ ਇਹਨੂੰ ਕਿੱਥੇ ਲਿਆ ਦੇ। ਤੂੰ ਜਾ ਜਾ, ਆਇਆ ਵੱਡਾ ਗਿਆਨੀ। ਚੱਲ ਕੋਈ ਗੱਲ ਨਹੀਂ ਭੈਣ ਜੀ, ਸਤਿ ਸ੍ਰੀ ਅਕਾਲ। ਗਿਆਨ ਜਾ ਨਾ, ਨਾਲੇ ਆਪਦੇ ਕੋਲੇ ਸੰਭਾਲ ਕੇ ਰੱਖਿਆ ਕਰ, ਜਾਂ ਤੇਰੀ ਧੀ ਨੂੰ ਪੜਾਇਆ ਕਰ ਇਹ ਪਾਠ ਗਿਆਨ ਵਾਲਾ। ਆ ਗਿਆ ਮੂੰਹ ਚੱਕ ਕੇ, ਗੱਲ ਸੁਣ ਲੈ ਵਿਚੋਲਿਆ ਜੀ, ਇਦੋਂ ਪਹਿਲਾਂ ਕਿ ਕੋਈ ਨਵਾਂ ਚੰਦ ਚੜ ਜੇ ਨਾ, ਰਿਸ਼ਤਾ ਮੇਰੇ ਮੁੰਡੇ ਨੂੰ ਕਰਾ ਦੇ। ਗੱਲਾਂ ਕਿਹੜੇ ਕਰਦੇ ਹੋ ਜੀ, ਰਿਸ਼ਤੇ ਤਾਂ ਬਸ ਹੋ ਗਿਆ, ਸਰਪੰਚ ਤਾਂ ਮੰਨਿਆ ਹੋਇਆ, ਮਤਲਬ ਤੁਹਾਡੀ ਹਾਂ ਜਾਏ। ਮੇਰੀ ਤਾਂ ਹਾਂ ਹੈ, ਜਾ ਕੁੜੀ ਵਾਲਿਆਂ ਨੂੰ ਲੈ ਕੇ ਆਈ। ਬਸ ਤੁਸੀਂ ਫਿਕਰ ਕਰਦੇ ਹੋ, ਮੈਂ ਅੱਜ ਹੀ ਜਾਂਦਾ, ਚਲਾਉਣਾ ਗੱਲ ਜਾ ਕੇ, ਲੱਗਣਾ ਕਹਿੰਦਾ ਬਣ ਗਈ। ਉਹ ਸੌ ਖਾਓ ਮੁੰਡੇ, ਆ ਤਾਂ ਜਮੇ ਨਜ਼ਾਰਾ ਲਿਆ ਤੂੰ ਜਮੇ ਯਾਰ, ਬਾਬੇ ਨੇ ਸੁਣ ਲਈ ਆਪਣੀ ਅਰਦਾਸ। ਗੱਲ ਸੁਣੀ ਆ, ਉਹ ਮਤਲਬ ਲਾਇਵ ਪ੍ਰੋਗਰਾਮ ਦੇਖਣ ਲਾਇਵ, ਉਹ
ਤੂੰ ਮੈਂ ਜੇ ਉੱਥੇ ਹੁੰਦਾ ਮੈਂ ਤਾਂ ਲੱਡੂ ਬਣਦਾ। ਲੱਡੂ ਸਾਡਾ ਇੰਨੇ ਖੁਸ਼ੀ ਹੋਈ ਨਾ, ਨੰਬਰਦਾਰ ਹੱਥੋਂ ਇੱਕ ਹੋਰ ਸੁਣ ਲਾ। ਹਾਂ, ਉਹ ਰਿਸ਼ਤਾ ਨੰਬਰਦਾਰ ਕਰਾਉਂਦਾ ਸੀ। ਨੰਬਰਦਾਰ ਕਰਾਉਂਦਾ ਇਹ ਰਿਸ਼ਤਾ, ਹੁਣ ਤਾਂ ਦੋਨੇ ਹੱਥ ਲੱਡੂ ਹੋ ਗਏ, ਨਾ ਆਪਣਾ ਰਿਸ਼ਤਾ ਪੱਕ ਗਿਆ ਨਾ ਸਰਪੰਚੀ 5 ਸਾਲ ਕਰਾਂਗੇ। ਅਤੇ ਰਿਸ਼ਤੇ ਤੋਂ ਜ਼ਿਆਦਾ ਆ, ਆਪਾਂ ਨੂੰ ਸੱਦਿਆ ਉੱਥੇ। ਕੋਈ ਨਾ, ਚੱਲਾਂਗੇ ਫਿਰ ਆਪਾਂ ਤਾਂ ਹੁਣੀ ਬਗ ਚੱਲਦੇ ਆ। ਟੂਟੀ ਵਾਲੀ ਚੱਲ ਚੱਲ ਫਿਰ ਚੱਲ ਦੇਖਦੇ ਫਿਰ ਬਣਦੇ ਪੱਕ ਚੱਲਦੇ ਆਪਾਂ। ਚੱਲ ਮੈਂ ਵੀ ਕੰਮ ਨਿਬੇੜਾ ਆਪਦਾ, ਚੱਲਦੇ ਆ। ਚੱਲ ਉਹ ਤਾਂ ਠੀਕ ਹੈ, ਹੁਣ ਕੁੜੀ ਜੀ ਤਾਂ ਨੀ ਝਾਕਦੀ ਸਰਪੰਚੀ ਕੰਨੀ। ਸਰਪੰਚੀ ਉਹ ਸਰਪੰਚੀ ਬਾਤ ਉਹ ਸੋਚਦੇ ਵੀ ਨੀ। ਕੋਈ ਨਾ, ਹੁਣ ਆਉਣ ਦੇ ਇੱਥੇ ਇਹਨੂੰ। ਮੈਂ ਕਹੂੰਗਾ ਵੀ ਜਿਹੜੇ ਉਦੇ ਗੱਲਾਂ ਕਰਦੀ ਨਾ ਉਸੇ ਗੱਲ ਤੇ ਰਹਿ। ਹੁਣ ਹੁਣ ਤਾਂ ਹਿੱਕ ਦੇ ਜ਼ੋਰ ਤੇ ਸਰਪੰਚ ਹੀ ਲੈਣਾਂਗੇ ਆਪਾਂ, ਹਿੱਕ ਦੇ ਜ਼ੋਰ। ਹਿੱਕ ਤਾਂ ਹੱਟ, ਸਰਪੰਚੀ ਬਸ ਆ ਗਈ। ਮੇਰੀ ਗੱਲ ਸੁਣ, ਪੱਗ ਬੰਨ, ਮੈਂ ਵੀ ਨਿਕਾ ਕੰਮ ਨਿਬੇੜ ਕੇ ਆਦਾ ਅੱਜ ਗੱਲ, ਅੱਜ ਮੇਰਾ ਸਕੂਟਰ ਤੇ ਚੱਲਾਂਗੇ ਆਪਾਂ। ਚੱਲ ਤੂੰ ਨਿਬੇੜਿਆ, ਮੈਂ ਤਾਂ ਹੁਣ ਬੰਨ ਲੈਣਾ ਪੱਗ। ਬਸ ਉਹ ਛੱਤ ਚਾਹ, ਉਹ ਚਾਹ ਤਾਂ ਬਸ ਉੱਥੀ ਪੀਵਾਂਗੇ। ਚੱਲ ਤੇਰੀ ਮਰਜ਼ੀ ਆ, ਫਿਰ ਹੋ ਜਾ ਤਿਆਰ ਫਟਾਫਟ ਕਰ। ਹੋਇਆ ਬਲਬੀਰੋ ਭੂਆ ਨੀ ਆ ਰਹੀ, ਚੱਲ ਇਹਦੇ ਨਾਲ ਕਰ ਦਿਆਂਗੇ ਗੱਲ। ਹੋਰ ਠੀਕ ਹੈ ਜੀ ਭੂਆ? ਠੀਕ ਹੈ ਪੁੱਤ। ਵੀ ਜੱਗੇ ਤੂੰ ਕਿੱਧਰ ਤੁਰਿਆ ਫਿਰਦਾ ਹੈਗਾ? ਮੈਂ ਤਾਂ ਇੱਧਰੇ ਹੀ ਆਉਂਦਾ ਧੀਆ, ਤੇਰੇ ਤੇ ਨਿਗਾਹ ਪੈ ਗਈ, ਮਹਾਂ ਭੂਆ ਨਾਲ ਗੱਲ ਕਰ ਲਈਏ। ਅੱਛਾ, ਹੋਰ ਠੀਕ ਹੈ? ਹੋਰ ਤਾਂ ਠੀਕ ਹੈ ਭੂਆ, ਪਰ ਜਿਹੜਾ MLA ਕੇ ਘਰੇ ਹੋ ਗਿਆ ਉਹ ਕੰਮ ਨੀ ਠੀਕ ਆ। ਵੀ ਕੀ ਹੋ ਗਿਆ? ਤੈਨੂੰ ਪਤਾ ਹੀ ਨੀ ਹਲੇ? ਲੈ ਮੈਨੂੰ ਕੀ ਪਤਾ ਗਾ, ਸਾਰਾ ਪਿੰਡ ਤਾਂ ਥੂ ਥੂ ਕਰ ਰਿਹਾ ਭਾਈਚਾਰਨੇ ਦੇ ਨਾਂ ਤੇ। ਹੈਂ? ਹੋਰ ਆ, ਉਹਨੇ MLA ਦੀ ਘਰਵਾਲੀ ਨੇ ਪੂਰਾ ਜਲੀਲ ਕਰਿਆ ਬਾਈ ਪੂਰਾ। ਅੱਛਾ, ਨਾ ਤੈਨੂੰ ਦੱਸਿਆ ਕੀ ਨੀ ਇਹ? ਮੈਨੂੰ ਦੱਸਣਾ ਕਿਹਨੇ ਦੀ? ਆ ਭੋਲੇ ਉਹਨੇ ਦੱਸਿਆ ਗਿਆ, ਵਿਚੋਲੇ ਨੇ, ਪਿੰਡ ਵਾਲੇ ਨੇ। ਅੱਛਾ ਅੱਛਾ, ਤੈਨੂੰ ਕੀ ਦੱਸਾਂ, ਬਾਈ ਤਾਂ ਜਮੀ ਪਾਣੀ ਪਾਣੀ ਕਰਤਾ, ਬੋਲਣ ਜੋਗਾ ਨੀ ਛੱਡਿਆ ਭੂਆ। ਚੱਲ ਕੋਈ ਨਾ, ਚੰਗਾ ਹੋ ਗਿਆ ਤੂੰ ਦੱਸਤਾ। ਘਰ ਹੋਰ ਮੇਰੇ ਤਾਂ ਪੱਗ ਜੀ ਲੱਗੀ ਅੰਦਰ, ਮਾਂ ਮੈਂ ਦੱਸਾਂ। ਵੀ ਆਹੋ, ਮੈਂ ਕਰਦੀ ਆਂ ਗੱਲ ਜਾ ਕੇ। ਚੱਲ ਕਰ ਲਾ ਭੂਆ। ਤੇਰੇ ਕੀ ਅੱਗ ਲੱਗੀ ਹੈ ਜਿਹੜੀ ਮੇਰੇ ਅੱਗ ਲੱਗ ਗਈ? ਚੱਲ ਜਾਂਦੀ ਤਾਂ ਮੈਂ ਇੱਧਰ ਕੰਮ ਹੀ ਸੀਗੀ, ਮੈਂ ਜਾਂਦੀ ਹਾਂ ਹੁਣ ਇਸ ਪਾਸੇ। ਚੱਲ ਠੀਕ ਹੈ ਭੂਆ, ਕੋਈ ਨਾ। ਚੱਲ ਚੰਗਾ ਚੰਗਾ। ਜੀ ਤਾਂ ਮੰਤਰੀ ਬਾਪੂ ਨੇ ਇੱਕ ਵਾਰੀ ਗੱਲ ਕਰ ਲਈ। ਅੰਦਰ ਕਿੱਥੇ ਚੱਲਿਆ, ਮੈਂ ਨਹੀਂ ਜਾਣ ਦਿੰਦੀ। ਜਰ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ? ਨਹੀਂ ਹੈਗਾ ਯਕੀਨ। ਮੈਨੂੰ ਤੇਰੇ ਸਿਰ ਦੀ ਸੌਣ ਲੱਗੇ, ਮੈਨੂੰ ਇੱਕ ਵਾਰੀ ਗੱਲ ਕਰ ਲੈਣ ਦੇ। ਮੇਰੀ ਇਹਦੇ ਵਿੱਚ ਨਹੀਂ ਹੈਗੀ ਕੋਈ ਵੀ ਗਲਤੀ। ਅੰਕਲ ਤਾਂ ਨਹੀਂ ਕਿਹਦੇ ਨਾਲ ਬੋਲੀ ਜਾਂਦੀ ਆ। ਸਤਿ ਸ਼੍ਰੀ ਅਕਾਲ। ਤਾਂ ਠੀਕ ਹੈ ਬੋਤਾ, ਹੁਣ ਤੂੰ ਕੀ ਲੈਣਾ ਆਇਆ ਇੱਥੇ? ਪਹਿਲੇ ਬਹੁਤ ਕੁਛ ਹੋ ਗਿਆ। ਮੈਂ ਨਾ ਬਹੁਤ ਸ਼ਰਮਿੰਦਾ ਆਇਆ ਜੀ, ਮੈਨੂੰ ਨਹੀਂ ਸੀ ਪਤਾ ਵੀ ਮੇਰੀ ਬੇਬੇ ਤੁਹਾਡੇ ਨਾਲ ਐਂ ਬੋਲੂਗੀ। ਮੈਂ ਮਾਫ਼ੀ ਮੰਗਦਾ ਜੀ ਤੁਹਾਡੇ ਤੋਂ। ਭਲ ਦੇਖ, ਅਸੀਂ ਗਰੀਬ ਹਾਂ, ਜੇ ਕੋਈ ਗਰੀਬ ਹੁੰਦਾ ਉਹਦੀ ਇੱਜ਼ਤ ਹੁੰਦੀ ਹੈ। ਬਹੁਤ ਡੂੰਘੀਆਂ ਗੱਲਾਂ ਬੋਲਦੀ ਤੇਰੀ ਮਾਂ, ਉਹ ਤਾਂ ਮੇਰੀ ਥਾਂ 'ਤੇ ਹੋਰ ਬੰਦਾ ਹੁੰਦਾ ਨਾ ਕੁਝ ਖਾ ਕੇ ਮਰ ਜਾਂਦਾ, ਪਰ ਮੇਰੀ ਇੱਥੇ ਧੀ ਰੁਲ ਜੂਗੀ। ਮੈਂ ਤਾਂ ਫਿਰ ਵੀ ਧੀ ਵੀ ਨਹੀਂ ਦੇਖਿਆ, ਪਰ ਮੈਨੂੰ ਪਤਾ ਨਹੀਂ ਸੀਗਾ ਵੀ ਮੇਰੇ ਨਾਲ ਕੁਛ ਹੋਊਗਾ। ਮੈਂ ਜਮ੍ਹਾਂ ਨਹੀਂ ਜਾਂਦਾ ਸੀਗਾ, ਉਹ ਮੈਨੂੰ ਤਾਂ ਨੰਬਰਦਾਰ ਨੇ ਕਹਿਤਾ। ਮੈਂ ਤਾਂ ਵਗ ਗਿਆ ਵੀ ਚੱਲ ਵੱਡੇ ਬੰਦੇ ਆ, ਕਈ ਵਾਰੀ ਸੋਚ ਲੈਂਦੇ ਆ ਵੀ ਗਰੀਬ ਘਰ ਦੀ ਧੀ ਧਿਆਣੀ ਚੰਗੀ ਆ ਤਾਂ ਰਿਸ਼ਤਾ ਲੈਂਦੇ। ਹੁਣ ਮੈਨੂੰ ਉਮੀਦ ਨਹੀਂ ਸੀਗੀ ਮੇਰੀ ਬੇਬੇ ਕੁੱਟ ਨਾ ਇੱਦਾਂ ਦਾ ਬਿਹੇਵੀਅਰ ਕਰੂਗੀ, ਪਰ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ, ਜੀਤਾਂ ਦਾ ਵਿਆਹ ਮੇਰੇ ਨਾਲ ਹੀ ਹੋਊਗਾ, ਚਾਹੇ ਅੱਜ ਹੋਵੇ ਚਾਹੇ ਕੱਲ੍ਹ। ਅਸੀਂ ਨਹੀਂ ਕਰਨਾ ਵਿਆਹ ਪਿਓ। ਹਾਂ, ਅਸੀਂ ਨਹੀਂ ਕਰਨਾ। ਤੁਹਾਡੀ ਬੇਬੇ ਮੇਰੇ ਬਾਪੂ ਦੀ ਬੇਇੱਜ਼ਤੀ ਕਰੇ ਤੇ ਤੁਸੀਂ ਮਾਫ਼ੀਆ ਮੰਗੋ? ਬੋਤਾ ਕੋਈ ਗੱਲ ਨਹੀਂ,
ਵੀ ਚੁੱਪ ਕਰ ਜਾ, ਮੈਂ ਘਰ ਦੇ ਦੇਣਾ ਗੱਲ। ਨਹੀਂ ਪੁੱਤਾ, ਇਹ ਕੰਮ ਜਿਹੜਾ ਤੂੰ ਕਹਿੰਦਾ ਨਾ, ਜੇ ਹੋਣਾ ਹੁੰਦਾ ਤਾਂ ਮੈਂ ਗਿਆ ਸੀਗਾ। ਦੇਖ, ਮੈਨੂੰ ਉਹਨੇ ਇਹ ਗੱਲ ਕਹਿਤੀ, ਉੱਠ ਕੇ ਵਗ ਜਾ, ਨਹੀਂ ਧੱਕੇ ਮਾਰ ਮਾਰ ਕੇ ਬਾਹਰ ਕੱਢੂ, ਫਿਰ ਕੀ ਰਹਿ ਗਿਆ। ਮੈਂ ਮਾਫ਼ੀ ਮੰਗਦਾ ਜੀ ਤੁਹਾਡੇ ਤੋਂ, ਮੈਂ ਉੱਥੇ ਕੋਲੇ ਹੈ ਨਹੀਂ ਸੀ, ਨਹੀਂ ਮੈਂ ਇਹੋ ਜਿਹਾ ਕੁਛ ਨਹੀਂ ਸੀ ਹੋਣਾ ਜੀ। ਲੈ, ਉਹ ਮੈਨੂੰ ਨਹੀਂ ਪਤਾ ਸੀਗਾ, ਮੈਂ ਤਾਂ ਆਖਿਆ ਚੱਲ ਉੱਚੇ ਬੰਦੇ ਆ, ਚੰਗੇ ਵਿਚਾਰ ਹੋਣਗੇ, ਪਰ ਮੈਨੂੰ ਕੀ ਪਤਾ ਸੀ ਵੀ ਮਨ 'ਚ ਕੀ ਚੱਲ ਰਿਹਾ ਤੇ। ਮੈਂ ਤਾਂ ਹੁਣ ਆਪਣੇ ਆਪ ਨੂੰ ਪਛਤਾਈ ਜਾਂਦਾ ਵੀ ਮੈਂ ਜਾਣਾ ਹੀ ਨਹੀਂ ਸੀਗਾ। ਉਹ ਤੁਹਾਨੂੰ ਪਤਾ ਤਾਂ ਹੈਗਾ ਜੀ, ਬੁੜੀਆਂ ਦੀ ਗਿੱਚੀ ਪੱਸੇ ਮੱਤ ਹੁੰਦੀ ਆ, ਉਹ ਮੇਰੀ ਬੇਬੇ ਤੋਂ ਵੀ ਹੋ ਗਈ ਇੱਕ ਗਲਤੀ, ਪਰ ਉਹਦੇ ਦਿਲ 'ਚ ਕੁਛ ਨਹੀਂ ਜੀ। ਪਰ ਦਿਲ 'ਚ ਤਾਂ ਭਲਿਆ ਕੁਛ ਨਹੀਂ, ਪਰ ਉਹ ਇਹ ਰਿਸ਼ਤਾ ਕਦੇ ਮਨਜ਼ੂਰ ਨਹੀਂ ਕਰਦੀ। ਹੁਣ ਨਾ ਮੈਂ ਕਰਦੀ, ਤੇ ਚੰਗਾ ਇਹੀ ਹੋਊਗਾ ਕਿ ਅਸੀਂ ਜਾਂ ਬਾਂਹ ਫੜ ਕੇ ਘਰੋਂ ਕੱਢੀਏ ਤੇ ਜਾਂ ਆਪੇ ਚਲੇ ਜਾਓਗੇ। ਬਾਪੂ ਜੀ, ਤੁਹਾਨੂੰ ਮੇਰੀ ਸਹੁੰ ਲੱਗੇ, ਹੁਣ ਤੁਸੀਂ ਮੈਨੂੰ ਰੋਕਣਾ ਨਹੀਂ, ਚੱਲੋ ਬਾਹਰ, ਨਹੀਂ ਤਾਂ ਅਸੀਂ ਬਾਂਹ ਫੜ ਕੇ ਘਰੋਂ ਕੱਢਾਂਗੇ। ਚਲੋ ਠੀਕ ਆ ਜੀ, ਮੈਂ ਇੱਕ ਵਾਰੀ ਹੋਰ ਤੁਹਾਡੇ ਤੋਂ ਮਾਫ਼ੀ ਮੰਗਦਾ, ਮੇਰੀ ਬੇਬੇ ਦੀ ਜੋ ਗਲਤੀ ਆ ਉਹਨੂੰ ਮਾਫ਼ ਕਰਿਓ ਜੀ। ਸਾਨੂੰ ਵੀ ਹੁਣ ਵੱਡੇ ਲੋਕਾਂ ਵਾਲੀ ਮਾਤਰ ਲਾਉਣੀ ਪੈਣੀ। ਹਾਂਜੀ, ਹੁਣ ਤੁਸੀਂ ਦੱਸੋ ਤੁਸੀਂ ਕੀ ਕੰਮ ਆਏ ਹੋ? ਮੈਂ ਕੀ ਕੰਮ ਆਈ ਆ, ਤੁਹਾਨੂੰ ਵੀ ਪਤਾ ਹੀ ਹੈਗਾ ਆ ਕੀ ਗੱਲਾਂ ਹੋਈਆਂ ਨੇ। ਨਾ ਆਈਆਂ ਜਾਂ ਕਿਹੜੀਆਂ ਗੱਲਾਂ ਹੋ ਗਈਆਂ, ਜਿਹੜੀਆਂ ਗੱਲਾਂ ਪਿੱਛੇ ਤੁਸੀਂ ਉਰੇ ਚੱਲ ਕੇ ਆ ਗਏ। ਆ ਜਿਹੜੀ ਤੁਸੀਂ ਮੇਰੇ ਚਰਨੇ ਭਰਾ ਦੀ ਇੰਨੀ ਬੇਇੱਜ਼ਤੀ ਕੀਤੀ ਹੈ। ਅੱਛਾ, ਤੇ ਉਸ ਗੱਲ ਲਈ ਆਏ ਹੋ ਤੁਸੀਂ? ਹਾਂਜੀ। ਫਿਰ ਮੈਨੂੰ ਐਂ ਦੱਸੋ, ਮੈਂ ਉਹਦੇ ਵਿੱਚ ਗਲਤ ਕੀ ਕਿਹਾ? ਗਲਤ ਨਹੀਂ ਤਾਂ ਹੋ ਰਹੇ ਨੂੰ ਮੈਂ ਕਿੱਥੋਂ ਚੰਗਾ ਕਹਾਂ? ਆ ਜੀਤਾਂ ਦੇ ਰਿਸ਼ਤੇ ਵਾਸਤੇ ਕਰੋ ਤੁਸੀਂ ਹਾਂ, ਨਾਲੇ ਭਰਾ ਤਾਂ ਬੇਸ਼ੱਕ ਦੋਨੇ ਮੇਰੇ ਨੇ, ਉਹ ਕੁੜੀ ਦਾ ਤੇ ਇਹ ਕੁੜੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਅੱਛਾ। ਹਾਂਜੀ, ਮਤਲਬ ਕਿ ਸਿਫਾਰਸ਼ ਲੈ ਕੇ ਆਈ ਹੈ? ਓਹੋ, ਸਿਫਾਰਸ਼ ਨਹੀਂ, ਜੀਤਾਂ ਤਾਂ ਐਡੀ ਨਰਮ ਕੁੜੀ ਹੈ, ਕੋਈ ਅੰਤ ਨਹੀਂ, ਗੁਣਾਂ ਦੀ ਗੁਥਲੀ ਹੈਗੀ ਉਹ। ਜੇ ਗੁਣਾਂ ਦੀ ਐਡੀ ਉਹ ਗੁਥਲੀ ਹੈ ਤਾਂ ਆਪਣੇ ਕੋਲ ਸਾਂਭ ਕੇ ਰੱਖਣਾ। ਮੈਨੂੰ ਇਹੋ ਜਿਹੇ ਗੁਣ ਪਸੰਦ ਨੇ। ਕਿਉਂ, ਇਹੋ ਜਿਹੇ ਗੁਣ ਕੀ? ਇਹੋ ਜਿਹੇ ਗੁਣ ਨੇ ਉਹਦੇ ਵਿੱਚ ਜਿਹੜੇ ਤੁਹਾਨੂੰ ਪਸੰਦ ਨਹੀਂ? ਉਹ 'ਚ ਤਾਂ ਗੁਣ ਹੀ ਗੁਣ ਹੈ, ਔਗੁਣ ਨਹੀਂ ਪਸੰਦ ਹੁੰਦੇ ਭੈਣ ਜੀ। ਮੇਰੀ ਗੱਲ ਸੁਣੋ, ਜਦੋਂ ਛੋਟੀ ਸੀ ਸਕੂਲ ਪੜ੍ਹਦੀ ਸੀ ਉਦੋਂ ਤੋਂ ਗੁਲ ਖਿਲਾਰਨ ਲੱਗ ਗਈ, ਤੇ ਐਡੀ ਵੱਡੀ ਹੋ ਕੇ ਹੁਣ ਤਾਂ ਫਿਰ ਪਤਾ ਨਹੀਂ ਕੀ ਕਰੂਗੀ ਉਹ। ਗੱਲ ਸੁਣ ਭੈਣ ਜੀ, ਸ਼ਾਇਦ ਤੈਨੂੰ ਪਤਾ ਨਹੀਂ, ਛੋਟੀ ਜੀ ਤੋਂ ਲੈ ਕੇ ਮੇਰੇ ਕੋਲੇ ਪੜ੍ਹੀ ਹੈ ਮੇਰੀ ਭਤੀਜੀ, ਸਾਰੇ ਗੁਣ ਨੇ ਉਹ 'ਚ। ਮੈਨੂੰ ਪਤਾ ਹੈ, ਜਦੋਂ ਤੇਰੇ ਕੋਲੇ ਗਈ ਹੈ ਉਦੋਂ ਵੀ ਪਤਾ, ਉਦੋਂ ਪਹਿਲਾਂ ਇੱਥੇ ਰਹਿੰਦੀ ਹੁੰਦੀ ਉਦੋਂ ਵੀ ਪਤਾ, ਜਦੋਂ ਹੁਣ ਤੇਰੇ ਕੋਲੋਂ ਆ ਗਈ ਉਸ ਗੱਲ ਦਾ ਵੀ ਮੈਨੂੰ ਪਤਾ ਹੈ। ਤੇਰੀ ਭਤੀਜੀ ਜੀਤਾਂ ਜਿਹੜੇ ਗੁਣਾਂ ਦੀ ਗੁਥਲੀ ਹੈ ਨਾ, ਮੇਰੇ ਪੁੱਤ 'ਤੇ ਡੋਰੇ ਡਾਲਦੀ ਹੈ, ਸਮਝ ਗਈ? ਮੈਨੂੰ ਇਹ ਜੀ ਕੁੜੀ ਤਥਾ ਹੀ ਪਸੰਦ ਨਹੀਂ। ਡੋਰੇ ਡਾਲਦੀ ਹੈ ਨਾ, ਕੀ ਗੱਲ, ਤੁਹਾਡੇ ਪੁੱਤ ਦਾ ਹੱਥ ਨਹੀਂ ਇਸ ਗੱਲ 'ਚ? ਲੈ, ਮੇਰੀ ਗੱਲ ਸੁਣ ਲੈ, ਸਿਆਣਿਆਂ ਦੀ ਕਹਾਵਤ ਹੈ, ਜੇ ਘੋੜੀ ਹਿਣਕਦੀ ਹੈ ਨਾ ਤਾਂ ਘੋੜਾ ਹਿਣਕਦਾ। ਚੱਲ ਠੀਕ ਹੈ, ਰਿਸ਼ਤਾ ਤਾਂ ਹੋਊਗਾ ਤਾਂ ਇਸੇ ਨਾਲ ਹੋਊ, ਉੱਧਰ ਤਾਂ ਫਿਰ ਮੈਂ ਹੋਣ ਨਹੀਂ ਦਿੰਦੀ। ਬਾਕੀ ਰਹੀ ਨਾ, ਆ ਮੇਰੇ ਭਰਾ ਦੀ ਬੇਇੱਜ਼ਤੀ ਕੀਤੀ ਹੈ, ਇਹ ਮੈਨੂੰ ਕਦੇ ਨਹੀਂ ਪਸੰਦ ਆਈ, ਸਮਝ? ਦੇਖ, ਨਾ ਤਾਂ ਮੈਂ ਤੇਰਾ ਜਾਣਦੀ, ਪਰ ਤੇਰੇ ਭਰਾ ਨੂੰ ਆਪ ਤੋਂ ਚਾਹੀਦਾ ਸੀ ਨਾ, ਜੇ ਉਹਨੇ ਗੱਲ ਕੋਈ ਕਰਨੀ ਸੀ ਤਾਂ ਕਿਸੇ ਨੂੰ ਨਾਲ ਲੈ ਕੇ ਆਉਂਦਾ,
ਕੋਈ ਗੱਲ ਗੱਲੀ ਕਰਦਾ ਆ ਕੇ ਸਿੱਧੇ ਮੱਥੇ ਮੇਰੇ ਵਿੱਚ ਵੱਜਿਆ। ਰਹਿ ਗਈ ਦੂਜੀ ਗੱਲ, ਰਿਸ਼ਤਾ ਤਾਂ ਮੇਰੇ ਪੁੱਤ ਨੂੰ ਨਾ ਸਰਪੰਚ ਦੀ ਕੁੜੀ ਦਾ ਹੀ ਹੋਣਾ। ਚੱਲ ਦੇਖਦੀ ਆ, ਨਾਲੇ ਮੈਂ ਤੈਨੂੰ ਹੁਣ ਦੱਸ ਦਿੰਦੀ ਆ ਮੇਰਾ ਨਾਮ ਵੀ ਬਲਵੀਰ ਕੌਰ ਹੈ, ਦੇਖਦੀ ਆ ਕਿਵੇਂ ਹੁੰਦਾ ਇਹ ਰਿਸ਼ਤਾ। ਆਈ ਸਮਝ? ਹੁਣ ਮੈਂ ਚੱਲੀ ਆ, ਬਾਲੀਆਂ ਗੱਲਾਂ ਤੇਰੇ ਨਾਲ ਮੈਨੂੰ ਕਰਨ ਦੀ ਲੋੜ ਹੀ ਨਹੀਂ ਹੈਗੀ। ਹੁਣ ਇੱਕ ਮੇਰਾ ਸੁਨੇਹਾ ਲਾ ਦੀ ਤੇਰੇ ਭਰਾ ਨੂੰ, ਕੁੱਲੀ ਚ ਰਹਿ ਕੇ ਨਾ ਮਹਿਲਾ ਦੇ ਸੁਪਨੇ ਨਹੀਂ ਦੇਖਿਆ ਕਰਦੇ, ਮੈਂ ਆਪਦੇ ਬਰਾਬਰ ਦੇ ਨਾਲ ਰਿਸ਼ਤਾ ਜੋੜੂੰਗੀ, ਨਾ ਕਿ ਬੇਖਤੀਏ ਨਾਲ। ਚੱਲ ਬਸ ਠੀਕ ਹੈ, ਹੁਣ ਮੈਂ ਵੀ ਤੇਰੇ ਜ਼ਿਆਦਾ ਮੂੰਹ ਨਹੀਂ ਲੱਗਣਾ ਚਾਹੁੰਦੀ, ਜਾ। ਹਾਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰੇ ਕੋਲ ਆ ਕੇ ਕਰਦੀ ਹੈ ਸਿਫਾਰਸਾਂ, ਰਾਣੀ ਨੂੰ ਦਵਾ ਲੇਗੀ ਤੂੰ? ਮਰ ਗਏ ਕੱਤੇ ਦੀ ਬਿਮਾਰੀ ਚ ਜਿਹੜਾ ਕੋਈ ਮੈਨੂੰ ਹਰਾਉਣ ਵਾਲਾ ਆਊਗਾ। ਗੇੜਾ ਤਾਂ ਪਹਿਲਾਂ ਵੀ ਮਾਰਿਆ ਸੀ, ਐਮਐਲਏ ਸਾਹਿਬ ਮਿਲੇ ਨੀ ਗਏ ਜੀ, ਅੱਜ ਤੁਸੀਂ ਧੰਨ ਭਾਗ ਆ ਸਾਡੇ ਜਿਹੜੇ ਤੁਸੀਂ ਮਿਲ ਗਏ ਸਾਨੂੰ। ਇਹ ਤਾਂ ਧੰਨ ਭਾਗ ਕਿਹੜੀ ਹੈ, ਵੱਡੀ ਗੱਲ ਹੈ, ਮਿਲਣਾ ਤਾਂ ਘਰੇ ਸੀ ਕਿਉਂਕਿ ਭੇਜੇ ਸੀ ਭਾਈ ਸਾਹਿਬ ਮੈਂ ਤੁਹਾਡੇ ਕੋਲ। ਹਾਂ ਤੇ ਮੈਂ ਤਾਂ ਇੱਕ ਗੱਲ ਕਰਨਾ ਹੈ ਤੁਹਾਡੇ ਨਾਲ। ਥੋੜਾ ਥੋੜਾ ਤਾਂ ਮੈਨੂੰ ਪਤਾ ਹੀ ਹੈ ਵੀ ਕੀ ਗੱਲ ਕਰਨਾ ਹੈ, ਬਾਕੀ ਅੱਗੇ ਚਾਨਣਾ ਤੁਸੀਂ ਪਾ ਦਿਓ। ਅੱਛਾ ਫਿਰ ਤਾਂ ਜਮੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਹੋ ਗਈ, ਜੇ ਤੁਹਾਨੂੰ ਪਤਾ ਫਿਰ ਤਾਂ ਗੱਲ ਪੱਕੀ ਹੋਈ ਹੈ। ਸਰਪੰਚ ਸਾਹਿਬ ਗੱਲ ਤਾਂ ਪੱਕੀ ਹੈ ਸਮਝੋ, ਪਰ ਤੁਸੀਂ ਤੋਰੋ ਤਾਂ ਮਾੜੀ ਜੀ। ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ, ਗੁੜੀਆ ਦਾ ਰਿਸ਼ਤੇ ਵਾਸਤੇ ਆਏ ਸੀਗੇ ਇਸ ਤਾਂ ਵੀ ਆਪਣੇ ਮੁੰਡੇ ਨੂੰ ਨਾਲ ਰਿਸ਼ਤਾ ਹੋ ਜੇ। ਸਰਪੰਚ ਸਾਹਿਬ ਨੇਕੀ ਤੇ ਪੁੱਛ ਪੁੱਛ, ਤੁਹਾਡੇ ਘਰ ਦਾ ਰਿਸ਼ਤਾ ਤਾਂ ਮੈਂ ਚਾਹੁੰਦੀ ਹਾਂ, ਖੁਦ ਚਾਹੁੰਦੀ ਹਾਂ ਕਿ ਮੇਰੇ ਪੁੱਤ ਦਾ ਰਿਸ਼ਤਾ ਜਿੱਥੇ ਹੋਵੇ ਮੇਰੇ ਬਰਾਬਰ ਦੇ ਹੋਣਾ। ਚਲੋ ਇਹ ਤਾਂ ਧੰਨ ਭਾਗ ਸਾਡੇ ਜਿੰਨਾ ਤੁਸੀਂ ਮਾਣ ਬਖਸ਼ਿਆ, ਤੂੰ ਵੀ ਬੋਲ ਪਾ ਕੁਛ ਹੁਣ। ਬੋਲਦਾ ਬੋਲਦਾ ਆਪਣੇ ਬੋਲਣਾ ਬਾਪਕਾ ਲਉਂਗੇ ਗਿਰੀ ਪੁੱਟੋਂ, ਤੁਸੀਂ ਗੱਲ ਕਰ ਰਹੇ ਸੀ ਮੇਰਾ ਕਾਹਨੂੰ ਵਿੱਚ ਬੋਲਣਾ। ਦੇਖੋ ਜੀ ਆਹ ਬੱਠਾ ਕੁੜੀ ਦਾ ਬਾਪ, ਜੇ ਕੋਈ ਮੰਗਾ ਸੱਚ ਦੱਸ ਦਿਓ, ਤੂੰ ਕਿੰਨਾ ਜੋਗਾ ਮੈਂ ਕਰ ਸਕਿਆ ਮੈਂ ਕਰਵਾਉਂ। ਦੇਖ ਸਰਪੰਚ ਐਡਾ ਵੱਡਾ ਸੁਪਨਾ ਤਾਂ ਦੇਖੀ ਨਾ ਕਿ ਤੂੰ ਮੇਰੇ ਬਰਾਬਰ ਦਾ ਹੈ, ਪਰ ਫਿਰ ਵੀ ਇੰਨਾ ਥੱਲੇ ਵੀ ਨਹੀਂ ਜਿਵੇਂ ਤੇਰਾ ਭਰਾ ਆ ਗਿਆ ਸੀ ਮੂੰਹ ਚੱਕ ਕੇ, ਪਰ ਫਿਰ ਵੀ ਸਰਪੰਚੀ ਦਾ ਉਹਦਾ ਤਾਂ ਹੈ ਨਾ ਤੇਰੇ ਕੋਲੇ। ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਤੁਹਾਡੇ ਬਰਾਬਰ ਦੇ ਤਾਂ ਹੈ ਨਹੀਂ ਅਸੀਂ, ਪਰ ਮੇਰੇ ਵੀ ਇਕੱਲੀ ਕੁੜੀ ਹੀ ਹੈ, ਆਪੇ ਬਰਾਬਰ ਦੇ ਹੋ ਜਾਵਾਂਗੇ ਤੁਹਾਡੇ ਰਿਸ਼ਤਾ ਕਰਕੇ। ਬਸ ਮੈਂ ਤਾਂ ਇੱਕੋ ਚੀਜ਼ ਦੇਖੀ ਹੈ ਕਿ ਤੂੰ ਤੇਰੇ ਭਰਾ ਵਾਂਗੂ ਨਾ ਬੇਖਤੀਆ ਨਹੀਂ ਹੈਗਾ। ਉਹ ਤਾਂ ਸਾਡੇ ਚੋਂ ਅਲੱਗ ਹੀ ਆ, ਇਕੱਲਾ ਪਤਾ ਨਹੀਂ ਕਿਹੋ ਜਿਹੀ ਜੜ ਹੈ ਵੀ, ਸਾਰੀ ਜਖਣਾ ਉਹਨੇ ਪੱਟ ਰੱਖੀ ਆ ਕੁੜੀ ਜੀ ਨੂੰ ਤਿਆਰ ਕਰੀ ਬੈਠਾ ਸਰਪੰਚੀ ਵਾਸਤੇ। ਹੁਣ ਮੈਂ ਤਾਂ ਤੁਹਾਡੇ ਕੋਲ ਇੱਕ ਇਹ ਵੀ ਬੇਨਤੀ ਕਰਨੀ ਵੀ ਸਰਪੰਚੀ ਆਪਾਂ ਲੈਣੀ ਹੈ। ਕੋਈ ਨਾ ਸਰਪੰਚ ਸਾਹਿਬ ਇਹ ਤਾਂ ਭੁਲੇਖਾ ਹੀ ਕੱਢ ਦੇ, ਡੱਡੂ ਨੂੰ ਨਾ ਜਿੰਨਾ ਮਰਜ਼ੀ ਸੋਨੇ ਦੀ ਇੱਟ 'ਤੇ ਬਿਠਾ ਦੇ ਪਰ ਛਾਲ ਉਹਨੇ ਗੰਦੇ ਪਾਣੀ 'ਚ ਹੀ ਮਾਰ। ਉਹ ਤਾਂ ਨਾ ਨਾਲੀ ਦਾ ਕੀੜਾ ਨਾਲੀ 'ਚ ਹੀ ਰਹੂਗਾ। ਸਹੀ ਹੈ, ਸਰਪੰਚੀ ਦਾ ਸੁਪਨਾ ਦੇਖਦੇ ਨੇ। ਹਾਂ ਹਾਂ ਪੂਰੇ ਪਿੰਡ ਦੇ ਵਿੱਚ ਹੰਕਾਰ ਵਾਂਗੂ ਤੁਰੇ ਫਿਰਦੇ ਨੇ ਤਾਂ।
ਚੱਲ ਕੋਈ ਨਾ, ਆ ਸਰਪੰਚੀ ਸਰਪੰਚੀ ਤਾਂ ਛੱਡ ਖੜਾ, ਤੂੰ ਆਪਣਾ ਰਿਸ਼ਤੇ ਵਾਲਾ ਤੋਰ ਕੇ। ਸਾਡੇ ਵੱਲੋਂ ਤਾਂ ਦੇਖੋ ਜੀ, ਹਾਂ ਆਪਾਂ ਤਾਂ ਕਿਸੇ ਨਾਲ ਰਾਇ ਨਹੀਂ ਕਰਨੀ, ਤੁਸੀਂ ਥੋੜਾ ਜਿਹਾ ਭਾਈ ਸਾਹਿਬ ਨਾਲ ਗੱਲ ਕਰ ਲਿਓ ਤੇ ਆਪਣੇ ਬੇਟੇ ਨਾਲ ਗੱਲ ਕਰ ਲਿਓ, ਫਿਰ ਸਾਨੂੰ ਦੱਸ ਦਿਓ। ਤੂੰ ਮੈਨੂੰ ਐਂ ਦੱਸ, ਭਾਈ ਸਾਹਿਬ ਤੁਹਾਡੇ ਕਦੇ ਮੇਰੇ ਕਹਿਣੇ ਤੋਂ ਬਾਹਰ ਹੋਏ ਨੇ? ਉਹ ਤਾਂ ਠੀਕ ਹੈ ਗੱਲ। ਬਸ ਫਿਰ ਜਦ ਮੈਂ ਹਾਂ ਕਹਿਤੀ ਤੇ ਉਹਨਾਂ ਦੀ ਵੀ ਹਾਂ। ਚਲੋ ਠੀਕ ਹੈ, ਹਾਂ ਵਧਾਈਆਂ, ਤੇਰਾ ਵੀ ਬਹੁਤ ਧੰਨਵਾਦ। ਵਧਾਈਆਂ ਵਧਾਈਆਂ ਭਾਈ, ਬਹੁਤ ਮੂਰਤ ਦੇਖ ਕੇ ਵਧੀਆ ਸੋਹਣਾ ਆ, ਸਗਨ ਦੀ ਤਿਆਰੀ ਕਰੋ। ਕੋਈ ਗੱਲ ਨੀ, ਹਾਂ ਉਹ ਦੱਸ ਦਿਓ ਤੁਸੀਂ, ਕੋਈ ਗੱਲ ਨੀ। ਚਲੋ ਫਿਰ ਵੀ ਇੱਕ ਵਾਰ ਮੈਂ ਕਹਿੰਦਾ, ਛੋਟੇ ਦੋਨਾਂ ਚ ਇੱਕ ਮਨ ਤੇ ਗੱਲ ਆ ਤਾਂ ਹੁਣ ਤੁਸੀਂ ਦੱਸ ਸਕਦੇ ਆ, ਉਹਦੇ ਦੋਨੇ ਪਰਿਵਾਰ ਬੈਠੇ ਸਾਹਮਣੇ। ਬਸ ਬਸ ਦੇਖ ਵਿਚੋਲਿਆ, ਇੰਨਾ ਤਾਂ ਹੈ ਨਹੀਂ, ਇਹ ਨਾ ਸਮਝੋ ਵੀ ਖਾਨੀ ਮੇਰੀ ਬੇਇੱਜ਼ਤੀ ਕਰਦੀ ਹੈ। ਨੋਰਮਲੀ ਗੱਲ ਕਹਿਣੀ ਆ ਵੀ ਮੇਰਾ ਕੋਈ ਇਹ ਪੂਰਨਾ ਪੂਰ ਸਕਣਾ, ਪਰ ਫਿਰ ਵੀ ਬਸ ਮੈਨੂੰ ਦੇਖੋ ਜੀ ਪਸੰਦ ਆਉਣੀ ਚਾਹੀਦੀ। ਮਾਂ ਪਿਓ ਜੀ ਤੋਂ ਕੁਛ ਲੁਕਾਉਂਦਾ ਨਹੀਂ ਪੁੱਤਰ, ਚੱਲ ਨਾ ਕਰਦਾ ਕਰਦਾ ਹੀ ਹੈ। ਠੀਕ ਹੈ ਜੀ, ਬਸ ਜਿਹਨੇ ਧੀ ਦੇਤੀ ਉਹਨੇ ਸਭ ਕੁਝ ਦੇਤਾ, ਵੱਡੀ ਗੱਲ ਤਾਂ ਹੀ ਆ। ਠੀਕ ਹੈ ਸਰਪੰਚ ਸਾਹਿਬ, ਠੀਕ ਹੈ ਜੀ, ਸਤਿ ਸ੍ਰੀ ਅਕਾਲ।